ਬੁਲਾਇਆ ਮਲੋਕਿਆ ਤੂੰ ਕੋਈ ਜਿੰਨੇ ਹਾਂ ਹਾਂ ਉਹ ਤੂੰ ਕੋਈ ਮੈਂ ਕਿ ਮਾਲ ਚਲਾਉਂਦੇ ਸੀ ਅੱਛਾ ਤੇ ਇਹ ਸਿੱਖ ਮਾਰ ਗਿਆ ਉਹ ਹਿੰਦੂ ਮਾਰ ਗਿਆ ਉਹ ਫਲਾਣਾ ਮਰ ਗਿਆ ਉਹ ਫਲਾਣਾ ਮਰ ਗਿਆ ਅੱਗਾਂ ਲੱਗੀਆਂ ਹੋਈਆਂ ਸਿੱਖ ਸਾਡੇ ਇਸ ਗਿਰਦ ਡੇਰੇ ਦੇ ਅਤੇ ਬੜਾ ਖੌਫ ਖਤਰ ਹੁੰਦਾ ਸੀ ਉਹਨਾਂ ਦੇ ਘਰ ਜਾਓ ਤਾਂ ਪਾਣੀ ਨਹੀਂ ਪਿਆਉਂਦੇ ਸੀ ਆਪਣੇ ਬਰਤਨ 'ਚ ਅਸੀਂ ਆਮ ਨਾਲ ਤੁਰਨ ਨਹੀਂ ਪਿਆਉਂਦੇ ਸੀ ਇਹ ਗੱਲ ਹੋ ਗਈ ਉਹ ਸਾਲ ਤਿੰਨ ਸਾਲ ਤੋਂ ਬਾਅਦ ਆ ਕੇ ਜਿਹੜਾ ਉਹ ਆਪਣੇ ਜ਼ੇਵਰ ਸ਼ਿਵਰ ਦਬਾ ਗਿਆ ਨਹੀਂ ਇੱਥੇ ਚੋਰੀ ਨਹੀਂ ਲੈ ਜਾ ਸਕੇ ਅਤੇ ਉਹਨਾਂ ਆ ਕੇ ਫਿਰ ਤਿੰਨ ਚਾਰ ਸਾਲ ਬਾਅਦ ਆ ਕੇ ਪੁਲਿਸ ਨਾਲ ਆਰਮੀ ਨਾਲ ਲਿਆ ਕੇ ਕੱਢ ਕੇ ਲੈ ਗਏ ਮੇਰਾ ਨਾਂ ਗੁਲਾਮ ਫਰੀਦ ਹਾਜੀ ਗੁਲਾਮ ਫਰੀਦ ਵਾਲਿਦ ਸਾਹਿਬ ਨਾਂ ਹਾਜੀ ਬਹਾਦਰ ਖਾਂ ਜੱਟ ਮਲੋਕਾ 756 ਕਾਬੇ ਸੰਦੀਲੇ ਵਾਲ ਦੇ ਨਜ਼ਦੀਕ ਪਿੰਡ ਉੱਥੇ ਦਾ ਮੈਂ ਰਹਿਣ ਵਾਲਾ ਤੇ ਮੌਕੇ ਤੇ ਤੁਸੀਂ ਸ਼ੋਰਕੋਟ ਕੈਂਟ ਰਹਿ ਰਹੇ ਫਿਰ ਨੌਕਰੀ ਦਾ ਸਿਲਸਿਲਾ ਸੀ ਇੱਥੇ ਆ ਗਿਆ ਇਹ ਮਕਾਨ ਬਣਾ ਲਿਆ 1993 'ਚ ਬੱਚੀਆਂ ਪੜ੍ਹਦੀਆਂ ਸੀ ਬੱਚੀਆਂ ਸੀ ਬੱਚਾ ਕੋਈ ਨਹੀਂ ਸੀ ਅਤੇ ਉਹਨਾਂ ਦੀ ਤਾਲੀਮ ਔਰ ਤਰਬੀਅਤ ਵਾਸਤੇ ਮਕਾਨ ਬਣਾ ਲਿਆ ਫਿਰ ਇੱਥੇ ਰਿਟਾਇਰ ਹੋਏ ਅਤੇ ਫਿਰ 26 ਸਾਲ ਹੋ ਗਏ ਰਿਟਾਇਰ ਹੋਣ ਅਤੇ ਇੱਥੇ ਰਹਿ ਰਹੇ ਹਾਂ ਪੈਨਸ਼ਨ ਜਾਈਦਾ ਜ਼ਮੀਨ ਸ਼ਮੀਨ ਦੇ ਕੇ ਆ ਜਾਇਦਾ ਅੱਛਾ ਤੁਹਾਡੀ ਵੈਸੇ ਤਾਰੀਖ ਪੈਦਾਇਸ਼ ਕਿਹੜੀ ਹੈ 1/11/1942 ਚੰਗਾ ਭਲਾ ਭੱਜਦਾ ਨਸਦਾ ਸੀ ਸਕੂਲ ਜਾਂਦਾ ਸੀ ਉਹ ਜਿਹੜਾ ਸਕੂਲ ਆਇਆ ਸੀ ਉਹ ਕਿੱਥੇ ਆਇਆ ਸੀ ਉਹ ਮਿਡਲ ਸਕੂਲ ਸੀ ਸੰਦਰੀ ਵਾਲੇ ਅੱਛਾ ਉੱਥੇ ਮੈਂ ਜਾਂਦਾ ਸੀ ਸਾਡੇ ਕੋਲ 3 ਮੀਲ ਹੈ ਅਤੇ ਦੂਸਰਾ ਜਿਹੜੇ ਤੁਹਾਡੇ ਉਸਤਾਦ ਹੈ ਹਾਂ ਉਹਨਾਂ ਦੇ ਕਿਸੇ ਨਾਂ ਯਾਦ ਹੈ ਹਾਂ ਪੀਰ ਗੌਸ ਮੁਹੰਮਦ ਸ਼ਾਹ ਅੱਛਾ ਸੈਯਦ ਗੁਲ ਮੁਹੰਮਦ ਸ਼ਾਹ ਹੈਡ ਮਾਸਟਰ ਹੁੰਦਾ ਸੀ ਮਾਸਟਰ ਸਦੀਕ ਹੁੰਦਾ ਸਰ ਸੀ ਇੱਕ ਯੂਸਫ ਅਲੀ ਹੁੰਦਾ ਸੀ ਇਹ ਸਾਰੇ ਟੀਚਰ ਹੁੰਦੇ ਸੀ ਅਤੇ ਇਹਨਾਂ ਟੀਚਰਾਂ ਦੇ ਕੋਈ ਹਿੰਦੂ ਵੀ ਹੈ ਸੀ ਤੁਹਾਡਾ ਕੋਈ ਟੀਚਰ ਨਹੀਂ ਸਾਰੇ ਮੁਸਲਮਾਨ ਮੁਸਲਮਾਨ ਸੀ ਅਤੇ ਮੈਂ ਉੱਥੇ ਜਾ ਕੇ ਦਾਖਲ ਹੋਇਆ ਸੀ ਦੂਸਰੀ 'ਚ ਅੱਛਾ ਦੂਸਰੀ ਕਲਾਸ 'ਚ ਦਾਖਲ ਹੋਇਆ ਜਿੱਥੇ ਉਸ ਸਲੇਟਾਂ ਹੁੰਦੀਆਂ ਸੀ ਤਕਸੀਮ ਹੁੰਦੀਆਂ ਸੀ ਇਮਤਿਹਾਨ ਦਿੱਤਾ ਬਹਿ ਕੇ ਅਤੇ ਨਾਲ TC ਦਾ ਸ਼ੁਰੂ ਹੋ ਗਿਆ 1 ਘੰਟੇ ਬਾਅਦ ਮੈਂ ਉਹਦੇ ਵਿੱਚ ਬਹਿ ਗਿਆ ਅੱਛਾ ਉੱਥੇ ਜਾ ਕੇ ਉਹ ਵੀ ਉਹਨੇ ਤਾਂ ਸਵਾਲ ਆ ਮੈਂ ਕਰਕੇ ਅਤੇ ਦੇਸ਼ 'ਚ ਨਾ ਉਹਨਾਂ ਮੇਰੇ ਲਿਖ ਲਿਆ ਉਹਨਾਂ ਨੂੰ ਕੀ ਪਤਾ ਕੌਣ ਆ ਜੇ 31 ਮਾਰਚ ਨੂੰ ਰਿਜ਼ਲਟ ਨਿਕਲਿਆ ਨਾ ਉਹਨੇ ਕਿਹਾ ਗੁਲਾਮ ਫਰੀਦ ਦੂਸਰੀ ਕੋ 3 ਕਲਾਸ ਹੋ ਗਿਆ ਅੱਛਾ ਅਤੇ 3 ਰਿਜ਼ਲਟ ਨਿਕਲਿਆ ਸੀ ਗੁਲਾਮ ਫਰੀਦ 3 ਤੋਂ 4 ਹੋ ਗਿਆ ਤਾਂ ਉਹ ਮਾਸਟਰ ਗੌਸ ਚ ਜਿਹੜਾ ਸੀ ਗੌਸ ਜੀ ਪੀਰ ਉਹਨੇ ਬੁਲਾਇਆ ਉਹ ਮਲੋਕਿਆ ਤੂੰ ਕੋਈ ਜਿੰਨੇ ਉਹ ਤੂੰ ਕੋਈ ਮੈਂ ਕਿਹਾ ਜਿਹੜਾ ਮੈਂ ਬੈਠਾ ਸੌਖਾ ਲੱਗਾ ਮੈਂ ਧਿਆਨ ਦੇਖ ਲਿਆ ਉਹ ਹੈਡ ਮਾਸਟਰ ਕਹਿੰਦਾ ਠੀਕ ਹੈ 4 ਕਰ ਦਿਓ ਠੀਕ ਹੋ ਗਿਆ 4 ਤੀ ਫਿਰ ਉਸ ਤੋਂ ਬਾਅਦ ਸਾਡਾ ਸਕੂਲ ਮਿਡਲ ਸਕੂਲ ਸੀ ਸੰਦਿਆ ਦੇ ਇੱਕ ਲੈਫਟ ਸਾਈਡ 'ਤੇ ਅੱਛਾ ਫਿਰ ਅੱਗੇ 55 'ਚ ਸਕੂਲ ਬਣਿਆ ਨਵਾਂ ਪੱਕਾ ਕੱਚਾ ਸੀ ਉੱਥੇ ਅਸੀਂ 5ਵੀਂ ਕਲਾਸ ਕੀਤੀ 5ਵੀਂ 'ਚ ਮੈਂ 8 ਸਕੂਲਾਂ 'ਚ ਫਸਟ ਆਇਆ ਉਸ ਕੋਲ ਇਨਾਮ ਸ਼ਾਦ ਪੰਸਲਾਂ ਸ਼ਾਦ ਦਿੱਤੀਆਂ ਨੇ ਉਸ ਤੋਂ ਬਾਅਦ ਉੱਥੇ ਪੜ੍ਹੇ ਮੈਟ੍ਰਿਕ ਉੱਥੇ ਕੀਤਾ ਇਮਤਿਹਾਨ ਦਿੱਤਾ ਰਜਾਣਾ ਹਾਈ ਸਕੂਲ ਹੈ ਰੋਜ਼ਾਨਾ ਹਾਈ ਸਕੂਲ 'ਚ ਉੱਥੇ ਇਮਤਿਹਾਨ ਮੈਟ੍ਰਿਕ ਦਿੱਤਾ ਪਾਸ ਹੋ ਗਿਆ ਫਿਰ ਚੇਤੀ ਕਾਲਜ ਦਾਖਲੇ ਦਾ 1960 ਦੋ ਸਾਲ ਮੈਂ ਇੱਥੇ ਕਾਲਜ ਵਿੱਚ ਪੜ੍ਹਿਆ ਇੱਥੇ 12 ਪਾਸ ਕੀਤੀਆਂ ਉਸ ਤੋਂ ਬਾਅਦ ਫਿਰ ਮੈਂ ਜਨਾਬ ਆਪਣਾ ਜ਼ਿੰਮੇਦਾਰਾ ਕੀਤਾ 3 ਚਾਰ ਅਤੇ 1966 'ਚ ਮੈਂ ਜ਼ਿੰਮੇਦਾਰਾ ਛੱਡ ਕੇ ਜ਼ਮੀਨ ਲੈ ਲੋ ਕੇ ਫਿਰ ਮੈਂ ਏਅਰਫੋਰਸ ਵਿੱਚ ਭਰਤੀ ਹੋ ਗਿਆ ਉਸ ਨੂੰ ਹਾਲੇ ਛੱਡੋ ਹਾਂ ਅੱਛਾ ਇਹ ਦੱਸੋ ਵੀ ਤੁਹਾਡੇ ਜਿਵੇਂ ਬਚਪਨ ਦੀ ਯਾਦਦਾਸ਼ਤਾਂ ਦੇ ਹਵਾਲੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਕਿਹੜੇ ਕਿਹੜੇ ਬਜ਼ੁਰਗਾਂ ਨੂੰ ਵੇਖਿਆ ਜਿਵੇਂ ਬੱਚਾ ਬੜਾ ਹੁੰਦਾ ਘਰ ਜਿਵੇਂ ਹੁਣ ਘਰ ਦੇ ਵਿੱਚ ਅਸੀਂ ਆਪਣੇ ਦਾਦਾ ਦੇਖਿਆ ਅੱਛਾ ਪਿਓ ਦੇਖਿਆ ਚਾਚਾ ਦੇਖਿਆ ਮਾਮੇ ਦੇਖਿਆ ਤੇ ਦਾਦੀ ਦਾ ਨਾਂ ਦੱਸਿਓ ਦਾਦੀ ਬਾਬਰ ਖਾਨ ਦਾਦੀ ਵੇਖੀ ਦਾਦੀ ਦੇਖੀ ਬੁੜੀ ਆਈ ਮਾਈ ਬੱਖਾਂ ਅਲਾਵਾ ਉਹਦੇ ਖਾਵੇਂ ਦਾ ਮੇਰੇ ਦਾਦਾ ਬੁੱਢਿਆ ਜੀ ਆਉਂਦੇ ਹਨ ਅੱਛਾ ਉਸ ਵੇਲੇ ਖੇਤ 'ਚ ਜਿੱਥੇ ਹਿੰਦੁਸਤਾਨ ਬਣਿਆ ਉਸ ਵੇਲੇ ਅਸੀਂ ਮਾਲ ਚਲਾਉਂਦੇ ਸੀ
ਅਤੇ ਸਿੱਖ ਮਾਰ ਗਿਆ, ਉਹ ਹਿੰਦੂ ਮਾਰ ਗਿਆ, ਉਹ ਫਲਾਣਾ ਮਰ ਗਿਆ, ਉਹ ਫਲਾਣਾ ਮਰ ਗਿਆ, ਅੱਗਾਂ ਲੱਗੀਆਂ ਹੋਈਆਂ ਸਿੱਖ ਸਾਡੇ ਇਰਦ ਗਿਰਦ ਡੇਰੇ ਦੇ, ਅਤੇ ਬੜਾ ਖੌਫ ਖਤਰ ਹੁੰਦਾ ਸੀ, ਰਾਤ ਰਾਤ ਸੁਣਦੇ ਨਹੀਂ ਸੀ ਆ ਸਿੱਖ ਆ ਜੇ, ਉਹ ਐਵੇਂ ਅਫਵਾਹ ਸੀ ਨਾ ਸਿੱਖਾਂ ਦੀ। ਫਿਰ ਇਹਨਾਂ ਨੇ ਬੜਾ ਜ਼ੁਲਮ ਕੀ, ਕੱਤੀ ਚੱਕ ਸੀ ਉਹਦੇ ਵਿੱਚ ਇਹਨਾਂ ਦੇ ਲੜਕਿਆਂ ਛੋਟਿਆਂ ਦੇ ਵਿੱਚ ਕਿਰਪਾਂ ਬਲਮ ਲਾਇਆ ਕਿ ਬਲਮ ਹੁੰਦੀ ਸੀ ਉਹ ਪੇਟ ਦੇ ਕੇ ਚੁੱਕ ਲੈਣ ਉੱਤਾਂ। ਅਤੇ ਫਿਰ ਉਸ ਤੋਂ ਬਾਅਦ ਪਤਾ ਚੱਲਿਆ ਕਿ ਹਿੰਦੂਆਂ ਨੇ ਆਪਣੀ ਗੱਡੀਆਂ ਉੱਥੇ ਸਾੜ ਛੱਡੀਆਂ, ਬਹੁਤ ਕੁਝ ਇਨਸਾਨ ਜ਼ੁਲਮ ਹੋਇਆ। ਜਿਹੜੇ ਇੱਕ ਅੱਧ ਬਚ ਕੇ ਉਹਨੇ ਦੱਸਿਆ ਕਿ ਅਸੀਂ ਤਾਂ ਚਾਰ ਸੀ ਤਾਂ ਅਸੀਂ ਇੱਕ ਬਚ ਕੇ ਆਏ, ਅਤੇ ਦਸ ਸੀ ਤੁਸੀਂ ਦੋ ਬਚ ਕੇ ਆਏ, ਬਾਕੀ ਉਹਨਾਂ ਮਾਰ ਛੱਡੇ, ਕੋਈ ਪਿਓ ਬਚਿਆ, ਕੋਈ ਪਿਓ ਪੁੱਤਰ ਮੰਗਿਆ, ਕੋਈ ਇਸ ਤਰ੍ਹਾਂ ਕਰਕੇ ਬਚ ਕੇ ਵਿਚਾਰੇ ਆ ਗਿਆ। ਫਿਰ ਜਾ ਕੇ 27 ਮਾਹ ਰਮਜ਼ਾਨ 1947 ਨੂੰ ਪਾਕਿਸਤਾਨ ਮਾਰ ਦੇ ਰਾਤ ਦੇ 12 ਵਜੇ ਐਲਾਨ ਹੋਇਆ ਸੀ ਕਿ ਪਾਕਿਸਤਾਨ ਬਣ ਗਿਆ, ਹਿੰਦੁਸਤਾਨ ਦਾ ਬਣ ਗਿਆ, ਇੱਥੋਂ ਹੱਲਾ ਬੁੱਲਾ ਸ਼ੁਰੂ ਹੋਇਆ। ਅਤੇ ਫਿਰ ਕੋਈ ਮਹੀਨਾ ਦੋ ਮਹੀਨੇ ਰਿਹਾ, ਉਸ ਤੋਂ ਬਾਅਦ ਫਿਰ ਜਾ ਕੇ ਆਰਮੀ ਨੇ ਕੰਟਰੋਲ ਕੀਤਾ, ਇੱਥੇ ਵੀ ਆਰਮੀ ਜਿਹੜੀ ਮਾੜੀ ਮੋਟੀ ਸੀ ਉਹਨਾਂ ਨੇ, ਫਿਰ ਉਸ ਤੋਂ ਬਾਅਦ ਖਤਮ ਹੋ ਗਿਆ। ਫਿਰ ਹਿੰਦੂ 2-3 ਸਾਲ ਤੋਂ ਬਾਅਦ ਆ ਕੇ ਜਿਹੜਾ ਆਪਣੇ ਜ਼ੇਵਰ ਸ਼ਿਵਰ ਦਬਾ ਗਿਆ ਨਹੀਂ ਇੱਥੇ ਚੋਰੀ ਨਹੀਂ ਲੈ ਜਾ ਸਕੇ, ਅਤੇ ਉਹਨਾਂ ਆ ਕੇ ਫਿਰ 3-4 ਸਾਲ ਬਾਅਦ ਆ ਕੇ ਪੁਲਿਸ ਨਾਲ ਆਰਮੀ ਨਾਲ ਲਿਆ ਕੇ ਕੱਢ ਕੇ ਲੈ ਗਏ। ਉਹ ਵੀ ਆਇਆ ਸੀ ਇੱਥੇ ਹਿੰਦੂ, ਉਸੇ ਦੇਖਿਆ। ਉਸ ਤੋਂ ਬਾਅਦ ਸਾਡੇ ਇਲਾਕੇ 'ਚ ਹਿੰਦੂ ਸੀ, ਬਥਰੇ ਰਹਿੰਦੇ ਸੀ, ਬਥਰੇ ਉਹਨਾਂ ਦਾ ਬਥਰਿਆਂ ਵਾਲਾ ਸੀ, ਉਹ ਹਿੰਦੂ ਰਹਿੰਦੇ ਸੀ, ਬਾਕੀ ਸਾਡੇ ਪਿੰਡ 'ਚ ਕੋਈ ਨਹੀਂ ਸੀ। ਸਿੰਧਲੀਆਂ ਵਾਲੇ ਹਾਂ ਨਾਸਰਨਗਰ ਹੁੰਦੇ ਸੀ, ਰੋਡਾ ਸੀ ਉਹ ਅੱਧਾ ਹਿੰਦੂਆਂ ਦਾ ਸੀ ਰੋਡਾ ਪਿੰਡ, ਅਤੇ ਸੰਜਰਿਆਂ 'ਤੇ ਕਾਫੀ ਹਿੰਦੂ ਸੀ। ਸਾਡੇ ਉਹ ਜਿਹੜੇ ਵਪਾਰੀ ਸੀ ਉਹ ਹਿੰਦੂ ਹੁੰਦੇ ਸੀ, ਜਦੋਂ ਸਕੂਲ ਜਾਂਦੇ ਸੀ ਤਾਂ ਉਹਨਾਂ ਦਾ ਨਾਮ ਸੀ ਗਣੇਸ਼ ਰਾਮ, ਉਹਨੇ ਕਹਿਣਾ ਪੁੱਤਰ ਕਿੱਧਰ ਆਇਆ, ਉਹ ਕੋਈ ਖਾਣੇ ਚੁੱਕ ਕੇ ਝੋਲੀ ਪਾ ਛੇ ਬੇਟੇ ਛੋਟੇ ਮੇਰੇ ਬੇਟੇ। ਹਿੰਦੂਆਂ ਨਾਲ ਬੜਾ ਅੱਛਾ ਮੇਲ ਮਿਲਾਪ ਸਾਡਾ ਬਹੁਤ ਜ਼ਿਆਦਾ ਸੀ, ਕੋਈ ਕਿਸੇ ਕਿਸਮ ਦੀ ਨਫ਼ਰਤ ਕੋਈ ਕਿਸੇ ਦੂਸਰੇ ਨਾਲ ਨਹੀਂ ਸੀ। ਨਫ਼ਰਤ ਤਾਂ ਪਈ ਜਿਸ ਵੇਲੇ ਪਾਕਿਸਤਾਨ ਬਣਿਆ, ਪਹਿਲਾਂ ਤਾਂ ਯਾਨੀ ਕਿ ਅਸੀਂ ਇੱਕ ਦੂਜੇ ਦੁੱਖ ਸੁੱਖ ਜਾਂਦੇ ਸੀ, ਠੀਕ ਹੈ ਉਹ ਸਾਡੇ ਨਹੀਂ ਖਾਂਦੇ ਸੀ ਅਸੀਂ ਉਹਨਾਂ ਦੇ ਨਹੀਂ ਖਾਂਦੇ ਸੀ, ਲੇਕਿਨ ਦੁੱਖ ਸੁੱਖ ਤੁਸੀਂ ਕੋਲੋਂ ਜਾਣਾ, ਪਿਆਰ ਮੁਹੱਬਤ ਨਾਲ ਰਹਿਣਾ, ਅਤੇ ਬਸ ਉਸ ਤੋਂ ਬਾਅਦ ਫਿਰ ਨਫ਼ਰਤਾਂ ਪੈਦਾ ਹੋ ਗਈਆਂ, ਹਿੰਦੂ ਚਲੇ ਗਏ, ਇੱਥੇ ਫਿਰ ਆਪਣੇ ਮਹਾਜਰ ਆ ਗਏ, ਰਾਜਪੂਤ ਵੀ ਆਏ, ਮਿਓ ਵੀ ਆ, ਮਿਓ ਜ਼ਿਆਦਾ ਹੈ ਸਾਡੇ ਪਿੰਡਾਂ 'ਚ, ਹੋਰ ਕੌਮਾਂ ਵੀ ਆਈਆਂ ਮਾਈਗ੍ਰੇਟ ਹੋ ਗਏ, ਜੋ ਕੁਛ ਸਾਡੇ ਕੋਲ ਹੁੰਦਾ ਸੀ ਅਸੀਂ ਉਹਨਾਂ ਨਾਲ ਕੀਤਾ, ਉਹਨਾਂ ਸਹਾਰਾ ਦਿੱਤਾ, ਜੋ ਵੀ ਆਇਆ, ਜੋ ਸਾਡੇ ਕੋਲ 2-4 ਘਰ ਆਏ ਅਤੇ ਰੋਟੀ ਛੋਟੀ ਮਹੀਨਾ 2-2 ਮਹੀਨੇ 'ਚ ਬਿਠਾਇਆ, ਉਹਨਾਂ ਮੈਨੂੰ ਤੋਹਫ਼ਾ ਦਿੱਤਾ ਆਪਣੇ ਤਰਫ਼ ਦਾ, ਹੁਣ ਇਸ ਵੇਲੇ ਸਾਥੂ ਹੀ ਉਹ ਚੰਗੇ ਨੇ। ਅੱਛਾ ਇਹ ਦੱਸੋ ਵੀ ਤੁਸੀਂ ਬਚਪਨ 'ਚ ਜਿਵੇਂ ਬੱਚੇ ਖੇਡਾਂ ਖੇਡਦੇ ਹੈ, ਤੁਸੀਂ ਕਿਹੜੀ ਖੇਡਾਂ ਖੇਡੀ? ਬਚਪਨ 'ਚ ਸ਼ੁਰੂ ਤੋਂ ਜਿਹੜਾ ਮੈਂ ਕੁਸ਼ਤੀ ਕਰਦਾ ਸੀ ਜਾਂ ਕਬੱਡੀ, ਹੋਰ ਕੋਈ ਗੇਮ ਨਹੀਂ ਹੁੰਦੀ ਸੀ। ਉਸ ਤੋਂ ਬਾਅਦ ਜਿਸ ਮੈਂ ਸਕੂਲ ਗਿਆ ਅਤੇ ਕਾਲਜ ਤੱਕ ਮੈਂ ਕਬੱਡੀ ਰੱਖੀ, ਮੈਂ ਕੈਪਟਨ ਰਿਹਾ ਕਬੱਡੀ ਦਾ, ਹੋਰ ਮੇਰੀ ਲੱਤ ਵੀ ਟੁੱਟ ਗਈ 1961 'ਚ ਇੱਥੇ ਕਾਲਜ 'ਚ, ਫਿਰ ਮੈਂ ਕਬੱਡੀ ਛੱਡ ਦਿੱਤੀ, ਉਸ ਤੋਂ ਬਾਅਦ ਫਿਰ ਮੈਂ ਕੋਈ ਕਬੱਡੀ ਨਹੀਂ ਖੇਡੀ। ਬਤਰਿਆਂ ਦਾ ਚੱਕ ਹੈ ਸਰ, ਚੱਕ ਹੈ ਹਾਜ਼ ਵਾਲਾ, ਹਾਜ਼ ਵਾਲਾ ਨੰਬਰ 756 ਗਾਬੇ ਹੁਣ ਬਣਿਆ, ਬਾਅਦ ਵਿੱਚ ਬਣਿਆ ਸੀ, ਪਹਿਲੇ ਉਹਦੇ ਨਾਲ ਖੂਹ ਸੀ, ਖੂਹ ਉਹਦਾ ਹਾਜ਼ ਵਾਲਾ ਤਾਂ ਹਿੰਦੂਆਂ ਦਾ ਸੀ, ਹਾਜ਼ ਵਾਲ ਹਾਜ਼ ਵਾਲੇ ਕੋਈ ਹਿੰਦੂ ਹਾਜ਼ ਨਹੀਂ ਸੀ, ਅਤੇ ਉਸ ਤੋਂ ਬਾਅਦ ਪਾਕਿਸਤਾਨ ਬਣਿਆ, ਫਿਰ ਪਿੰਡ ਨੰਬਰਿੰਗ ਹੋਈ ਅਤੇ 756 ਚੱਕ ਸਾਡਾ ਨੰਬਰ ਹੈ। ਨਾਸਰਦੀਨ ਸ਼ਾਹ ਹੈ, ਪੀਰ ਕੁਤਬ ਅਲੀ ਸ਼ਾਹ ਹੈ, ਫਜ਼ਲ ਹੁਸੈਨ ਸ਼ਾਹ, ਫਿਰ ਇਸਰਾਰ ਹੁਸੈਨ ਸ਼ਾਹ, ਗੱਦੀਨ ਸ਼ਹੀਦ ਸੰਧੀ ਨਿਆਣੇ ਦੇ, ਇਹਦੇ ਨਾਸਰਦੀਨ ਸ਼ਾਹ ਦਾ ਗੁਲਾਮ ਸੂਰ ਦੇਖਿਆ, ਉਹਦਾ ਬਾਪ ਬੁੱਢਾ ਨਾਸਰਦੀਨ ਸ਼ਾਹ ਸਾਰੀ ਜ਼ਿੰਦਗੀ ਗੁਜ਼ਾਰੀ, ਫਿਰ ਉਹਦਾ ਪੁੱਤਰ ਸੀ ਮੁਹੰਮਦ ਰਜ਼ਾ, ਉਹ ਫੌਤ ਹੋ ਗਿਆ, ਫਿਰ ਅਲੀ ਰਜ਼ਾ ਆਈ, ਉਹ MLA ਬਣਦੇ ਰਹੇ, MPA ਬਣਦੇ ਰਹੇ, ਉਹ ਵੀ ਬੇਚਾਰਾ ਫੌਤ ਹੋ ਗਿਆ, ਉਹਨਾਂ ਦਾ ਹੁਣ ਇੱਕ ਮੁੰਡਾ ਉਹਦਾ ਹੈ ਜਿਹੜਾ ਪਾਗਲ ਹੈ, ਨਸ਼ਾ ਕਰਦਾ ਹੈ, ਹੋਰ ਕੋਈ ਨਹੀਂ। ਅਤੇ ਬਾਕੀ ਇੱਕ ਹੋਰ ਸੀ ਅਲਤਾਫ ਹੁਸੈਨ ਸ਼ਾਹ, ਸਰਗਾਣੇ ਸੀ, ਜ਼ੁਲਫਕਾਰ ਹੋ ਗਏ, ਮੁਹੰਮਦ ਖਾਂ ਹੋ ਗਏ, ਇਹ ਸਾਰੇ ਸਰਗਾਣੇ ਜ਼ਿਮੀਦਾਰ ਸੀ ਸਾਡੇ ਇਰਦ ਗਿਰਦ, ਹੋਰ ਬਾਕੀ ਆਪਣੀ ਕੌਮਾਂ ਸੀ, ਜੱਟ ਸੀ, ਗੁਰੂ ਸੀ, ਮਲੋਕੇ ਸੀ, ਤੱਦੜ ਸੀ, ਸਿਆਲ ਸੀ, ਇਹ ਸਾਰੀ ਕੌਮਾਂ ਸੀ। ਅੱਛਾ ਤੁਹਾਡੇ ਇਰਦ ਗਿਰਦ ਕੋਈ ਹਿੰਦੂਆਂ ਦੇ ਜਾਂ ਸਿੱਖਾਂ ਦੇ ਜਿਹੜੇ ਚੱਕ ਹਨ ਉਹਨਾਂ ਦੇ ਜਿਹੜਾ ਨਾਂ ਦੱਸੋ?
ਉਹਨਾਂ ਦਾ ਨਾਂ ਨਹੀਂ ਯਾਦ ਕਿਸੇ ਇੱਕੋ ਗਣੇਸ਼ ਰਾਮ ਦਾ ਯਾਦ ਜਿਹੜਾ ਸੀ ਚੱਕਰੀਆਂ ਬਸਤੀਆਂ ਜਿਵੇਂ ਮਤਲਬ ਆਬਾਦੀਆਂ ਜਿਹੜੀਆਂ ਚੱਕ ਕੇ ਸਾਡੇ ਕੋਲ ਸਾਡੀ ਆਬਾਦੀ ਅਲੱਗਦਾ ਹੈ ਪਿੰਡ ਨਾ ਹੀ ਡੇਰਾ ਹਨ ਸਾਡੇ ਡੇਰੇ ਹਨ ਦਸ ਬਾਰਾਂ ਗੱਲ ਪੰਦਰਾਂ ਗੱਲ ਇਕੱਠੇ ਰਹਿਣਾ ਚੱਕ ਕੇ ਜੋ ਬਥੇਰੇ ਰਹਿੰਦੇ ਹਨ ਬਾਅਦ 752 ਚੱਕ ਹੋਣ ਉਹਦੇ ਨਾਲ ਬਥੇਰੇ ਉਹ ਬਥੇਰੇ ਤੁਸੀਂ ਅਰੋਤੀ ਵੀ ਗਏ ਕਦੇ ਅਰੋਤੀ ਜਾਂਦੇ ਹਾਂ ਅਸੀਂ ਸਮਾਨ ਸਮਾਨ ਮੇਲਾ ਵੇਖਦੇ ਅਸੀਂ ਅਰੋਤੀ ਮੇਲਾ ਲੱਗਦਾ ਜੀ ਮੇਰਾ ਹਮੇਸ਼ਾ ਦਾ ਅੱਛਾ ਉਹ ਬਜ਼ੁਰਗ ਹੋਏ ਅਤੇ ਉਹਦਾ ਹੁਣ ਵੀ ਲੱਗਦਾ ਹੈ ਮੇਲਾ ਬਾਰਾ ਲੱਗਦਾ ਹਾਂ ਬੜਾ ਬਾਰਾ ਅਤੇ ਸੰਜੀਰਾ ਦਾ ਮੇਲਾ ਉਸ ਤੋਂ ਜ਼ਿਆਦਾ ਲੱਗਦਾ ਸੀ ਫਿਰ ਅਰੋਤੀ ਦਾ ਮੇਲਾ ਅਬਦੁਲ ਕੀਮ ਦਾ ਉਸ ਤੋਂ ਜ਼ਿਆਦਾ ਲੱਗਦਾ ਹੈ ਅਤੇ ਠੀਕ ਹੈ ਉੱਥੇ ਕਬੱਡੀ ਹੁੰਦੀ ਸੀ ਕਬੱਡੀ ਖੇਡ ਇੱਕ ਦੇ ਪਿੱਛੇ ਦੋ ਭੱਜਣੇ ਇਹ ਖੇਡਦੇ ਸੀ ਜ਼ਿਆਦਾ ਹੁਣ ਵੀ ਉਹੀ ਉਹਨਾਂ ਦਾ ਸ਼ੌਕ ਕਬੱਡੀ ਕੋਈ ਗੇਮ ਉਹਨਾਂ ਮੇਲੇ ਅਤੇ ਜਿਵੇਂ ਗਵੱਈਏ ਵਗੈਰਾ ਆਉਂਦੇ ਹਨ ਕੋਈ ਉਸ ਵਕਤ ਵੀ ਆਉਂਦੇ ਹਨ ਗਵੱਈਏ ਹੁੰਦੇ ਹਨ ਲੇਕਿਨ ਇਹ ਗਵੱਈਏ ਅੱਜ ਕੱਲ੍ਹ ਨਹੀਂ ਹੈ ਉਸ ਵੇਲੇ ਜਿਹੜੇ ਹੈ ਸੀ ਉਹ ਕੰਪਨੀਆਂ ਦੀ ਸੀ ਆਲਮ ਲੋਹਾਰ ਹੈ ਬੱਟੀ ਸੀ ਇਹਨਾਂ ਦੀ ਕੰਪਨੀਆਂ ਬਣੀਆਂ ਸੀ ਇਹ ਤਾਂ ਪਾਕਿਸਤਾਨ ਬਣਨ ਤੋਂ ਪਿੱਛੇ ਆਉਂਦੇ ਰਹੇ ਨਾ ਹਾਂ ਪਾਕਿਸਤਾਨ ਤੋਂ ਪਹਿਲਾਂ ਵੀ ਆਉਂਦੇ ਇਹ ਸ਼ੁਰੂ 'ਚ ਇਹਨਾਂ ਜਿਸੇ ਜਵਾਨੀ ਉਸ ਰਹਿੰਦੇ ਪਾਕਿਸਤਾਨ ਬਣਿਆ ਫਿਰ ਤਾਂ ਆਮ ਹੋ ਗਿਆ ਨਾ ਪਹਿਲੇ ਕਦੇ ਕਦੇ ਇੱਕ ਅੱਧ ਕੰਪਨੀ ਆਉਂਦੀ ਆਈ ਫਿਰ ਤਾਂ ਤਿੰਨ ਤਿੰਨ ਚਾਰ ਚਾਰ ਬਣ ਗਏ ਅਤੇ ਆਉਣ ਲੱਗ ਗਏ ਸਰਕਸ ਆਉਣ ਲੱਗ ਗਈ ਹਿੰਦੂ ਬਣਾਏ ਬੈਠੇ ਇਹ ਗੱਲ ਉਹਨਾਂ ਦੇ ਘਰ ਜਾਓ ਤਾਂ ਪਾਣੀ ਨਹੀਂ ਪਿਆਉਂਦੇ ਸੀ ਆਪਣੇ ਬਰਤਨ 'ਚ ਅਸੀਂ ਆਮ ਨਾਲ ਤੁਰਨ ਨਹੀਂ ਪਿਆਉਂਦੇ ਸੀ ਇਹ ਗੱਲ ਹੋ ਗਈ ਆਪਣਾ ਬਰਤਨ ਸਾਡੇ ਬਰਤਨ ਨਾ ਅਸੀਂ ਉਹਨਾਂ ਦੇ ਪੀਂਦੇ ਸੀ ਨਾ ਸਾਡੇ ਚੋਂ ਪੀਂਦੇ ਸੀ ਉਹ ਪਿਆਰ ਮੁਹੱਬਤ ਗੱਪ ਸ਼ੱਪ ਲਾਉਣੇ ਸ਼ਾਦੀ ਤੇ ਆਉਣਾ ਉਹਨਾਂ ਨੇ ਜਿਹੜੀ ਸ਼ਾਇਦ ਖਾਣ ਦੀ ਉਹ ਖਾਂਦੇ ਸੀ ਨਹੀਂ ਖਾਂਦੇ ਸੀ ਨਹੀਂ ਮਤਲਬ ਸ਼ਾਦੀ ਤੇ ਉਹਨਾਂ ਦੇ ਵਾਸਤੇ ਕੋਈ ਅਲੱਗ ਤਾਂ ਨਹੀਂ ਪੱਕਦਾ ਅਲੱਗ ਅਲੱਗ ਉਹਨਾਂ ਦਾ ਨਾ ਹੀ ਆਉਂਦਾ ਸੀ ਉਹ ਖਾਣਾ ਪਕਾਉਂਦੇ ਸੀ ਉਹਨਾਂ ਦਾ ਅਸੀਂ ਕੱਚਾ ਸਮਾਨ ਲੈ ਚੜਨਾ ਤੇ ਜਦੋਂ ਮਤਲਬ ਅਸੀਂ ਜਾਣਾ ਤਾਂ ਸਾਡੇ ਨਾਲ ਹੀ ਜਾਣਾ ਉੱਥੇ ਉਹਨੇ ਕੱਚਾ ਸਮਾਨ ਦੇ ਛੇ ਪਕਾ ਕੇ ਜ਼ਰਦਾ ਪੁਰਾਕ ਗੋਸ਼ਤ ਬੱਕਰੀ ਸਬਜ਼ੀ ਹੁੰਦੇ ਸੀ ਉਹ ਕਰਦਾ ਅਸੀਂ ਖਾ ਕੇ ਆ ਜਾਂਦੇ ਬੱਚਨ ਆਪਣੇ ਉਹ ਆਪਣੇ ਇਸਤੇਮਾਲ ਨਹੀਂ ਕਰਨ ਦਿੰਦੇ ਸੀ ਨਾ ਅਸੀਂ ਕਰਨ ਦਿੰਦੇ ਸੀ ਉਂਝ ਪਿਆਰ ਮੁਹੱਬਤ ਜਿਵੇਂ ਆਪਾਂ ਬੈਠੇ ਹਾਂ ਅਸੀਂ ਜੇ ਬੈਠੇ ਹੁੰਦੇ ਸੀ ਠੀਕ ਹੈ ਅੱਛਾ ਕੋਈ ਇਹ ਯਾਦ ਹੁੰਦਾ ਉਸ ਵਕਤ ਜਿਵੇਂ ਸਿਆਸੀ ਲੀਡਰ ਆਪਣੇ ਤਕੀਰਾਂ ਕਰਨ ਵਾਸਤੇ ਮਤਲਬ ਪਾਰਟੀ ਵਾਈਸ ਤੇ ਇਸ ਮੁਲਕ ਦੇ ਨਵਾਂ ਮੁਲਕ ਬਣਦਾ ਪਿਆ ਜਾਂ ਉਹਦੇ ਹੱਲ ਨਾਲ ਕੋਈ ਗੱਲਬਾਤ ਕੋਈ ਇਲੈਕਸ਼ਨ ਉਸ ਵਕਤ ਸਿਰਫ ਕਾਂਗਰਸ ਸੀ ਅਤੇ ਮੁਸਲਿਮ ਲੀਗ ਸੀ ਅੱਛਾ ਕਾਂਗਰਸ ਦੇ ਵਿੱਚ ਪੀਰ ਨਜ਼ਰ ਹਸਨ ਸ਼ਾਹ ਅੱਛਾ ਮੁਸਲਿਮ ਲੀਗ ਵਿੱਚ ਅਤੇ ਕਾਂਗਰਸ ਵਿੱਚ ਵੀ ਨਾਸਰਦੀਨ ਸ਼ਾਹ ਦੋਵੇਂ ਭਰਾ ਸੀ ਦੋਵੇਂ ਭਰਾ ਆਪੋਜ਼ਿਟ ਪਾਰਟੀ ਦੋ ਮੁਖਾਲਫ ਇੱਕ ਕਾਂਗਰਸ ਵਿੱਚ ਸੀ ਅੱਛਾ ਇੱਕ ਮੁਸਲਿਮ ਜੋ ਨਜ਼ਰ ਹਸਨ ਸ਼ਾਹ ਛੋਟਾ ਸੀ ਬੀ ਏ ਪੜ੍ਹਿਆ ਸੀ ਉਹ ਸੀ ਮੁਸਲਿਮ ਲੀਗ ਨਾਲ ਅੱਛਾ ਜਿਹੜਾ ਵੱਡਾ ਸੀ ਉਹ ਪੰਜ ਪੜ੍ਹਿਆ ਸੀ ਉਹਨਾਂ ਦੋ ਸੌ ਮੁਰਬਾ ਜ਼ਮੀਨ ਸੀ ਉਹਦਾ ਵੀ ਦੋ ਸੌ ਮੁਰਬਾ ਇਹਦਾ ਵੀ ਦੋ ਸੌ ਮੁਰਬਾ ਅਤੇ ਇਹ ਸੀ ਕਾਂਗਰਸ ਵਿੱਚ ਔਰ ਅਖੀਰ ਪਾਕਿਸਤਾਨ ਬਣਨ ਤੱਕ ਕੇ ਕਾਂਗਰਸ ਵਿੱਚ ਰਿਹਾ ਅਤੇ ਅਸੀਂ ਵਾਲਦ ਸਾਹਿਬ ਨੇ ਜਦੋਂ ਦਾ ਪਾਕਿਸਤਾਨ ਸ਼ੁਰੂ ਹੋਇਆ ਅਤੇ ਮੁਸਲਿਮ ਲੀਗ ਅਤੇ ਅਖੀਰ ਤੱਕ ਮੁਸਲਿਮ ਲੀਗ ਰਿਹਾ ਅੱਛਾ ਫਿਰ ਸਾਨੂੰ ਉਸ ਵੇਲੇ ਦੀ ਕੋਈ ਯਾਦਾਂ ਸ਼ੇਅਰ ਕਰੋ ਵੀ ਜਦੋਂ 1947 ਪਾਕਿਸਤਾਨ ਬਣ ਗਿਆ ਅਤੇ ਜਿਹੜੇ ਇੱਥੋਂ ਹਿੰਦੁਸਤਾਨ ਮਤਲਬ ਇੱਥੋਂ ਹਿੰਦੁਸਤਾਨ ਜਾਣ ਵਾਲੇ ਜਿਹੜੇ ਹਿੰਦੂ ਹੋਏ ਸਨ ਜਾਂ ਸਿੱਖ ਉਹਨਾਂ ਦਾ ਕੀ ਯਾਦਾਸ਼ਤ ਤੁਹਾਨੂੰ ਵੀ ਇੱਥੇ ਕੀ ਕੁਝ ਹੋਇਆ ਉਹਨਾਂ ਦੀ ਯਾਦਾਸ਼ਤ ਇਹ ਕਿ ਕਤਲੋ ਹਾਲਤ ਬੜੀ ਹੋਈ ਸੀ ਕਿੱਥੇ ਇੱਥੇ ਨਹੀਂ ਮਤਲਬ ਕੇਸ ਕੋਲ ਮਖਸੂਸ ਪਿੰਡਾਂ 'ਚ ਅੱਛਾ ਪਿੰਡਾਂ ਦੇ ਫਿਰ ਇਕੱਤੀ ਚੱਕ ਸੀ ਰੋਤੀ ਸੀ ਸੰਜਰੀਆਂ ਤਾਂ ਨਹੀਂ ਹੋਈ ਅਰੋਤੀ ਦੋ ਤਿੰਨ ਪਿੰਡ ਨਾਲ ਸਾਡੇ ਲਾਗੇ ਲੱਗੇ ਉੱਥੇ ਬਹੁਤ ਹਿੰਦੂ ਮਾਰੇ ਸਿੱਖ ਖਾਸ ਕਰ ਕਿਉਂ ਤਾਦਾਦ ਸਿੱਖਾਂ ਦੀ ਜ਼ਿਆਦਾ ਸੀ ਹਿੰਦੂ ਥੋੜ੍ਹੇ ਸੀ ਫਿਰ ਉਹ ਰਾਤੋਂ ਰਾਤ ਨਿਕਲ ਗਏ ਫਿਰ ਆਰਮੀ ਦੇ ਤਾਫਰ ਵਿੱਚ ਆ ਗਏ ਉਹ ਨਿਕਲ ਗਏ ਅਤੇ ਉੱਧਰ ਜਿਹੜਾ ਜ਼ੁਲਮ ਕੇ ਤੌਰ 'ਤੇ ਫਿਰ ਸਾਰਿਆਂ ਨੂੰ ਪਤਾ ਹੀ ਹੈ ਜੋ ਕੁਛ ਕੀਤੇ ਉਹਨਾਂ ਨੇ ਕੋਈ ਉਹਨਾਂ ਹਿੰਦੂਆਂ ਦੀ ਜਿਵੇਂ ਲੜਕੀਆਂ ਵਗੈਰਾ ਕੋਈ ਲੈ ਆਉਂਦੀਆਂ ਕੋਈ ਉਹ ਜਿਹਾ ਵੀ ਕੋਈ ਕੰਮ ਹੋਇਆ ਲੜਕੇ ਹਾਂ ਇੱਥੇ ਦੋ ਲੜਕੇ ਰੱਖੇ ਸੀ ਇੱਕ ਮੌਲਵੀ ਸੀ ਇੱਕ ਜਾਖੜੇ ਦਾ ਅੱਛਾ ਉਹਨੇ ਕੁਆਰੀ ਲੜਕੀ ਨੌਜਵਾਨ ਅੰਨਾ ਸਾ ਨਵੀਨਾ ਸੀ ਬਿਲਕੁਲ ਅੱਛਾ ਉਹਦੇ ਪਿੱਛੇ ਲਾ ਦੇ ਉਹ ਪੀਰ ਮੈਨੂੰ ਫੜ ਕੇ ਲਿਆ ਜੀ ਅੱਛਾ ਆਪ ਇੱਕ ਨਾਲ ਸ਼ਗਨ 'ਚ ਆ ਜੀ
ਨੌਜਵਾਨ ਲੜਕੇ ਰੱਖੇ ਸਾਡੇ ਪਿੰਡਾਂ 'ਚ ਉਹਨਾਂ ਵੀ ਦੋ ਲੜਕੀਆਂ ਲਈਆਂ ਸੀ ਰੱਖੀਆਂ ਲੇਕਿਨ ਬਾਅਦ ਪਾਕਿਸਤਾਨ ਪੁਲਿਸ ਆਈ ਤੇ ਉਹ ਲੈ ਗਈ ਫਿਰ ਲੈ ਗਈ ਮੁਸਲਮਾਨ ਦੇ ਘਰ ਸੀ ਲੇਕਿਨ ਉਹ ਉਸ ਵੇਲੇ ਤਾਂ ਮੁਸਲਮਾਨ ਹੋ ਗਈਆਂ ਲੇਕਿਨ ਜਿਸ ਆਰਮੀ ਆਈ ਨਾ ਵਾਪਸ ਤੂੰ ਭੇਜਣਾ ਫਿਰ ਉਹ ਆਪਣੇ ਮਾਂ ਪਿਓ ਕੋਲ ਜਾਣਾ ਹੈ ਉਹ ਮਾਂ ਪਿਓ ਬਚ ਗਿਆ ਸੀ ਉਹ ਫਿਰ ਚਲੇ ਜਾਂਗੇ ਦੋਵੇਂ ਚਲੇ ਗਏ ਇੱਥੇ ਹਿੰਦੂ ਦੀ ਕੋਈ ਲੜਕੀ ਐਸੀ ਨਹੀਂ ਸੀ ਜਿਹੜੀ ਸਾਡੇ ਮੁਸਲਮਾਨ ਕੋਲ ਰਹਿ ਗਈ ਹੋਵੇ ਜੋ ਸਮਾਨ ਲਿਆਉਂਦਾ ਸੀ ਕੋਈ ਮੱਝਾਂ ਲਿਆਉਂਦੀਆਂ ਕਿਤੇ ਕੋਈ ਸਮਾਨ ਚੁੱਕ ਲਿਆਂਦਾ ਉਹ ਫਿਰ ਆਰਮੀ ਆਉਂਦੀ ਸੀ ਅਤੇ ਉਹ ਆ ਕੇ ਇੱਕ ਦੋ ਘਰਾਂ ਨੂੰ ਫੜ ਲਿਆ ਮੇਰੇ ਦੱਸੋ ਤੁਸੀਂ ਹਲਫਾ ਕੁਰਾਨ ਪਿਆ ਜੇ ਜੋ ਸ਼ਾਇਦ ਤੁਸੀਂ ਜਾਂਦੇ ਆਰਾਮ ਦੇ ਦੱਸ ਕੋਈ ਪਰਚਾ ਨਹੀਂ ਕੁਛ ਹੈ ਨਹੀਂ ਲੇਕਿਨ ਇਹਨਾਂ ਗਰੀਬਾਂ ਦਾ ਦਿਓ ਉਹ ਮੇਰੇ ਚਾਚੇ ਇੱਕ ਮੱਝ ਲਿਆਉਂਦੀ ਸੀ ਫਿਰ ਇੱਕ ਮੱਝ ਉਹ ਬਾਬਾ ਕਹਿੰਦੇ ਖੋਲ ਕੇ ਜੀ ਇਹ ਮੱਝ ਲਿਆਇਆ ਸੀ ਬਸ ਹੋਰ ਸਾਡੇ ਘਰ ਨਾ ਕੋਈ ਅਸੀਂ ਗਏ ਹਾਂ ਨਾ ਕੋਈ ਗਦਰ 'ਚ ਸਿਸਾ ਲਿਆ ਆਪਣੇ ਘਰ ਬੈਠੇ ਰਹੇ ਬਸ ਹੋਰ ਕੋਈ ਸ਼ਰਮ ਅੱਛਾ ਹੁਣ ਮੈਂ ਤੁਹਾਨੂੰ ਇੱਕ ਗੱਲ ਪੁੱਛਣਾ ਪਤਾ ਨਹੀਂ ਹੋ ਸਕਦਾ ਤੁਸੀਂ ਇਹ ਜਿਹੜਾ ਦਰਿਆ ਰਾਵੀ ਦੇ ਕੰਢੇ 'ਤੇ ਇੱਕ ਮੰਦਰ ਹੈ ਅੰਦਰ ਉਹ ਉਹਦਾ ਨਾਂ ਕੁਛ ਤਾਂ ਹੈ ਨੀਲਾ ਨਾਲ ਹੀ ਜਮੀ ਵੇਲਾ ਤੇ ਨਹੀਂ ਨਹੀਂ ਉਹ ਇਹ ਹੈਡ ਸਿਧਨਾਈ ਕਪੜੇ ਧੋ ਰਿਹਾ ਨਾ ਆਪਣੇ ਇੱਥੇ ਰਾਵੀ ਇੱਕ 2 ਕਿਲੋਮੀਟਰ 3 ਮੀਟਰ ਹੈ ਉੱਥੇ ਤੇ ਦਿੱਲੀ ਦੇ ਵਿੱਚ ਅਕਬਰ ਬਾਦਸ਼ਾਹ ਮਸਜਿਦ ਬਣਵਾਈ ਸੀ ਤੇ ਬਣ ਤਾਂ ਗਈ ਮਸਜਿਦ ਬੜੀ ਆਦਿਸ਼ ਹੋਈ ਲੇਕਿਨ ਉਹਦੇ ਥੋੜ੍ਹਾ ਜਿਹਾ ਉਹ ਫਿਰ ਉੱਥੇ ਗੱਲਾਂ ਕਦੋਂ ਨਾ ਕਿ ਅਬਦੁਲ ਹਕੀਮ ਕੋਲ ਜਾਓ ਤੁਸੀਂ ਅਤੇ ਉਹ ਤੁਹਾਨੂੰ ਮਸਲਾ ਹੱਲ ਕਰਦੇ ਹੋਗਾ ਉੱਥੇ ਫਿਰ ਵਫਦ ਆਇਆ ਇੱਕ 3-4 ਬੰਦਿਆਂ ਦਾ ਉਹ ਇੱਥੇ ਅਬਦੁਲ ਹਕੀਮ ਉਹਨਾਂ ਆਖਿਆ ਜੀ ਉਹ ਤਾਂ ਖੜਾ ਉੱਥੇ ਕੱਪੜੇ ਧੋ ਰਿਹਾ ਹੈ ਫਿਰ ਉੱਥੇ ਆਇਆ ਦਰਿਆ ਤੋਂ ਦੱਸਿਆ ਕਿ ਬਾਦਸ਼ਾਹ ਸਾਨੂੰ ਭੇਜਿਆ ਅਤੇ ਮਸਜਿਦ ਜਿਹੜੀ ਉਹ ਸਾਨੂੰ ਥੋੜ੍ਹੀ ਜਿਹੀ ਕਾਬਲ ਲਿਆਉਂਦਾ ਚੇਡੀ ਉਹਦੀ ਉਹਦੇ ਕੋਈ ਹੱਲ ਦੱਸੋ ਮੌਲੀਆ ਅੱਲਾਹ ਤੁਸੀਂ ਬਜ਼ੁਰਗੋ ਪਹੁੰਚਿਓ ਉਹ ਕੱਪੜਾ ਨਿਚੋੜਿਆ ਕੱਪੜਾ ਫੜਿਆ ਨਿਚੋੜਿਆ ਅਸੀਂ ਕਿਤੋਂ ਕਹਿੰਦੇ ਜਾਓ ਟਾਈਮ ਦੇਖ ਲਓ ਅਤੇ ਸਿੱਧੀ ਹੋ ਗਈ ਜੇ ਉਹ ਫਿਰ ਇੱਥੋਂ ਵਾਪਸ ਗਏ ਅਤੇ ਉਸੇ ਟਾਈਮ 'ਤੇ ਉਸੇ ਦਿਨ ਤੇੜ ਪੈ ਗਈ ਸੀ ਲੇਕਿਨ ਸਿੱਧੀ ਹੋ ਗਈ ਸੀ ਇੱਥੇ ਅਸਲ 'ਚ ਉਹ ਮੰਦਰ ਜਿਹੜਾ ਹੈ ਉੱਥੇ ਰਾਮ ਔਰ ਲਕਸ਼ਮਣ ਸੀ ਦੋ ਹਿੰਦੂ ਰਾਮ ਔਰ ਲਕਸ਼ਮਣ ਸੀ ਹਿੰਦੂ ਦੋਵੇਂ ਸੀ ਉਹ ਵੀ ਉਹਨਾਂ ਦੇ ਮਜ਼ਹਬ ਦੇ ਵਿੱਚ ਪਹੁੰਚੇ ਹੋਏ ਸੀ ਉਹਨਾਂ ਨੇ ਜਿਹੜਾ ਇੱਥੋਂ ਹੈਡ ਤੋਂ ਕੋਈ 2 ਮੀਲ ਪਿੱਛੋਂ ਦਰਿਆ ਛਲਾਂਗ ਮਾਰੀ ਸੀ ਅਤੇ ਹੈਡ ਜਿੱਥੇ ਬਣਿਆ ਹੈ ਇਸ ਤੋਂ ਅੱਗੇ ਤੱਕ ਉਹ ਤਰਦੇ ਆਇਆ ਸੀ ਤਰ ਕੇ ਆਇਆ ਦਰਿਆ ਉੱਥੋਂ ਨਿਕਲ ਕੇ ਬਾਹਰ ਗਿਆ ਹੁਣ ਲੋਕ ਕਹਿੰਦੇ ਸਰ ਬਜ਼ੁਰਗ ਕਹਿੰਦੇ ਨੇ ਕਿ ਉਸ ਵਕਤ ਕੋਈ ਲੈ ਅਤੇ ਛਲਾਂ ਸ਼ਰਾਬ ਆਉਂਦੇ ਸੀ ਨਾ ਜਿੱਥੋਂ ਤੱਕ ਉਹ ਤਰਨ ਦਰਿਆ ਉੱਥੋਂ ਬਾਹਰ ਨਹੀਂ ਨਿਕਲਦਾ ਅੱਜ ਵੀ ਉੱਥੇ ਫਿਰ ਗੌਰਮੈਂਟ ਨੇ ਪਿੱਛੇ ਹੈਡ ਬਣਾਇਆ ਫਿਰ ਹੈਡ ਦੇ ਪਿੱਛੇ ਕਰਕੇ ਨਿਕਾਸੀ ਜਿਹੜਾ ਕਿ ਉੱਤੋਂ ਦਰਿਆ ਆਪਣਾ ਅਗਲੇ ਪਾਸੇ ਜਾ ਕੇ ਪਾਇਆ ਪਾਣੀ ਤਾਂ ਫਿਰ ਪਿੱਛੇ ਦਰਿਆ ਪਾਣੀ ਨਿਕਲਦਾ ਸੀ ਨਹੀਂ ਤਾਂ ਹਰ ਸਾਲ ਨਿਕਲ ਜਾਂਦਾ ਸੀ ਉਸ ਜਗ੍ਹਾ ਤੋਂ ਬਾਹਰ ਪਾਣੀ ਨਹੀਂ ਨਿਕਲਿਆ ਅੱਜ ਤੱਕ ਪਤਾ ਨਹੀਂ ਕੀ ਅਰਦਾ ਦਾ ਰਾਜ਼ ਸੀ ਉਹ ਜਿਹੜਾ ਜਗ੍ਹਾ ਦਾ ਮੈਂ ਤੀ ਸਮੇਂ ਨਾਂ ਯਾਦ ਆ ਗਿਆ ਉਹ ਸੀਤਾ ਕੁੰਡ ਹਾਂ ਸੀਤਾ ਕੁੰਡ ਉਹੀ ਕੁੰਡ ਸੀਤਾ ਕੁੰਡ ਨਾ ਰਾਵੀ ਦਾ ਹੈਡ ਦੇ ਨਾਲ ਹੀ ਉਹ ਸੀਤਾ ਕੁੰਡ ਹੈ ਬਗਦਾਦ ਅਸਲ ਵਸਤੀ ਦਾ ਨਾਮ ਬਗਦਾਦ ਹੈ ਉਹਦੇ ਵਿੱਚ ਸੀਤਾ ਕੁੰਡ ਹੈ ਉੱਥੇ ਜਾਣਾ ਪੈਦਲ ਜਾਂਦੇ ਸੀ ਕੋਈ ਆਇਆ ਅੱਜ ਕੱਲ੍ਹ ਮੌਸਮ ਤਾਂ ਨਹੀਂ ਸੀ ਗੱਡੀ ਤੇ ਅਸੀਂ ਤਾਂ ਉਸ ਪਾਸੇ ਅਬਦੁਲ ਹਕੀਮ ਤੱਕ ਜਾਣਾ ਮੇਲੇ 'ਤੇ ਜਾਣਾ ਮੇਲੇ ਪੈਦਲ ਜਾਣਾ ਵੇਖ ਕੇ ਆ ਜਾਣਾ ਜਾਂ ਰੋਟੀ ਜਾਣਾ ਜਾਂ ਤੈਨੂੰ ਕਦੇ ਚਲੇ ਗਏ ਬਾਪ ਬਾਪ ਨਾਲ ਨਹੀਂ ਤਾਂ ਕੋਈ ਨਾ ਛੋਟੇ ਅਸੀਂ ਨਹੀਂ ਕਦੇ ਗਏ ਸੀ ਹੁਣ ਵੀ ਬੇੜੀ ਹੈ ਉਹ ਬੇੜੀ ਤੇ ਨਿਕਲ ਤੇ ਬੜਾ ਤਰੰਬਾ ਗਿਆ ਤਰੰਬਾ ਬਹੁਤ ਵੱਡਾ ਕਸਬਾ ਪੁਰਾਣਾ ਇੱਥੇ ਅਕਬਰ ਬਾਦਸ਼ਾਹ ਜ਼ਮਾਨੇ 'ਚ ਨਾ ਉਹਦਾ ਸੀ ਇੱਕ ਵਜ਼ੀਰ ਉਹਦੇ ਨਾਂ ਨਾਮ ਮੈਂ ਭੁੱਲ ਗਿਆ ਉਹਦਾ ਵਜ਼ੀਰ ਸੀ ਮੁਸਲਮਾਨ ਸੀ
ਨਾਲ ਹਿੰਦੂ ਸੀ ਉਹ ਬੀਰਬਲ ਹੁੰਦੇ ਉਹਦੇ ਨਾਲ ਬੀਰਬਲ ਸੀ ਉਹ ਦੋ ਹਿੰਦੂ ਹੁੰਦੇ ਸੀ ਅਤੇ ਇਹ ਇਕੱਲਾ ਹੁੰਦਾ ਸੀ ਨਾਲ ਤਿੰਨੇ ਅਤੇ ਚਾਰ ਜਿਸ ਚੱਲਦਾ ਸੀ ਲਾਹੌਰੋਂ ਅਤੇ ਲਾਹੌਰ ਤੋਂ ਆ ਕੇ ਲਾਹੌਰ ਨੂੰ ਚੱਲਣਾ ਦਿੱਲੀ ਤੋਂ ਲਾਹੌਰ ਹੋ ਕੇ ਇੱਥੋਂ ਹੋ ਕੇ ਮੁਲਤਾਨ ਜਾਂਦਾ ਸੀ ਹੁਣ ਉਹ ਇੱਥੋਂ ਨਿਕਲੇ ਅਤੇ ਇੱਕ ਟ੍ਰੇਨ ਜਿਹੜੇ ਨਾਲ ਆਪਣਾ ਹਿੰਦੂ ਸੀ ਹਿੰਦੂ ਜਿਹੜੇ ਬੀਰਬਲ ਅੱਛਾ ਮੈਂ ਅਸਲ 'ਚ ਨਾ ਤੁਹਾਡੇ ਕੋਲੋਂ ਉੱਥੋਂ ਦੀ ਬਚਪਨ ਦੀ ਯਾਦਦਾਸ਼ਤ ਦੇ ਹਵਾਲੇ ਨਾਲ ਗੱਲ ਪੁੱਛਣਾ ਚਾਹੁੰਦਾ ਸੀ ਵੀ ਅਰੋਤੀ ਦੇ ਵਿੱਚ ਜਦੋਂ ਇੱਥੋਂ ਹਿੰਦੂਆਂ ਨੂੰ ਇੱਥੋਂ ਉੱਜਣਾ ਪਿਆ ਉਸ ਵਕਤ ਦੀ ਕੋਈ ਗੱਲਬਾਤ ਤੁਹਾਨੂੰ ਕੋਈ ਯਾਦ ਹੋਵੇ ਸਰਾਊਂਡਿੰਗ 'ਚ ਕੀ ਹੋ ਰਿਹਾ ਸੀ ਅਸਲ 'ਚ ਜਿਹੜੇ ਹਿੰਦੂ ਸੀ ਨਾ ਅਰੋਤੀ ਰਹਿੰਦੇ ਆ ਹਾਂਜੀ ਇਹਨਾਂ ਦਾ ਰਾਬਤਾ ਸੀ ਦਿੱਲੀ ਨਾਲ ਉੱਥੇ ਦੇ ਰਹਿਣ ਵਾਲੇ ਸੀ ਸਾਰੇ ਜਿਹੜਾ ਸੌਦਾ ਸਾਨੂੰ ਕਿਤੇ ਨਹੀਂ ਮਿਲਦਾ ਪੀਰ ਮੁਲਕ ਤੱਕ ਅੱਜ ਬਣਦਾ ਪਿਆ ਨਾ ਕਿਤੇ ਨਹੀਂ ਮਿਲਦਾ ਸੀ ਅਤੇ ਇੱਥੋਂ ਰੋਟੀ ਮਿਲ ਜਾਂਦਾ ਸੀ ਕੋਈ ਸ਼ਾਇਦ ਨਹੀਂ ਕੋਈ ਦਵਾਈ ਕੁਛ ਇੱਥੋਂ ਮਿਲ ਜਾਣ ਔਰ ਹਕੀਮ ਦੋ ਬੜੇ ਜ਼ਬਰਦਸਤ ਸੀ ਹਿੰਦੂਆਂ ਦੇ ਅੱਛਾ ਇੱਥੇ ਰਹਿੰਦੇ ਸੀ ਕੀ ਨਾਂ ਸੀ ਉਹਨਾਂ ਦੇ ਇੱਕ ਦੇ ਨਾਂ ਸੀ ਰਾਮ ਲਾਲ ਅੱਛਾ ਦੋ ਦਿਨ ਨਹੀਂ ਯਾਦ ਠੀਕ ਹੋ ਗਿਆ ਰਾਮ ਲਾਲ ਸੀ ਬੜੇ ਅੱਛੇ ਹਕੀਮ ਦੇਸੀ ਹਕੀਮ ਸੀ ਅੱਛਾ ਇੱਥੇ ਲੂਥੜੇ ਵੀ ਰਹਿੰਦੇ ਹਨ ਲੂਥੜੇ ਹਨ ਲੂਥੜੇ ਅਰੋਤੀ ਚ ਰਹਿੰਦੇ ਹਨ ਗਦਰ ਦਾ ਹੋਇਆ ਤੇ ਸਾਰੀ ਉਮਰ ਇਕੱਠੇ ਜਿੱਥੇ ਬੈਠੇ ਲੇਕਿਨ ਉਹਨਾਂ ਹਿੰਦੂ ਨੂੰ ਫੜ ਕੇ ਡਾਕਟਰਾਂ ਚ ਪੱਠੀ ਚਲਦੀ ਵੀ ਉਹਦੇ ਵਿੱਚ ਸੁੱਟ ਲਿਆ ਅੱਗ ਜਲਦੀ ਵਿੱਚ ਦੂਸਰਾ ਸਿੱਖਿਆ ਰਾਤੀ ਨੱਸ ਗਿਆ ਸੀ ਪਤਾ ਕਿਹੜੇ ਪਾਸੇ ਨਿਕਲ ਗਿਆ ਸੀ ਅਤੇ ਬੜੇ ਮਾੜੇ ਹਿੰਦੂਆਂ ਨੇ ਅਸਰ ਗਾਣਿਆਂ ਨੇ ਫਿਰ ਉਸ ਤੋਂ ਬਾਅਦ 31 ਚੱਕ ਸੀ 31 ਸਿੱਖ ਹਾਂ 31 ਗਰੰਟੀਆਂ ਵਾਲਾ ਇਹਦੇ ਵਿੱਚ ਸਿੱਖ ਸੀ ਸਾਰੇ ਬੜੇ ਬਿਹਤਰੀ ਮਕਾਨ ਪੱਕੇ ਉਹਨਾਂ ਦੇ ਬਣੇ ਉਹਨਾਂ ਦੇ ਅਤੇ ਇੱਥੇ ਸਿੱਖਾਂ ਨੂੰ ਵੀ ਬੜਾ ਮਾਰਿਆ ਇਹਨਾਂ 'ਚ ਸਾਰੇ ਮੁਸਲਮਾਨ ਜਿਹੜੇ ਸੀ ਮਿਲ ਮੁਲ ਕੇ ਕਿਉਂਕਿ ਉਹ ਤਾਂ ਨਾਲ ਇਸੇ ਸੀ ਅਤੇ ਇਕੱਠਾ ਹੀ ਚੱਕ ਇਹਨਾਂ ਦੋਵਾਂ ਚੱਕ ਸਿੱਖ ਸੀ ਸਿੱਖਾਂ ਨੇ ਇਹਨਾਂ ਬੜਾ ਮਾਰਿਆ ਬੱਚਿਆਂ ਨੇ ਮਾਰਿਆ ਔਰਤਾਂ ਨੇ ਮਾਰ ਦਫ਼ਾ ਕੀਤਾ ਫਿਰ ਉਸ ਤੋਂ ਬਾਅਦ ਖੈਰ 4-5 ਦਿਨ ਸਿਰਸਾ ਚੜ੍ਹਿਆ ਫਿਰ ਆਰਮੀ ਆ ਗਈ ਪੁਲਿਸ ਆ ਗਈ ਫਿਰ ਉਹਨਾਂ ਨੇ ਥੋੜ੍ਹ ਲਿਆ ਡਰ ਉਹਨਾਂ ਕੇ ਕੋਲ ਕਰ ਲਿਆ ਤਾਂ ਜਾ ਕੇ ਥੋੜ੍ਹ ਲਿਆ ਉਸ ਤੋਂ ਅੱਛਾ ਤੁਸੀਂ ਸਾਡੇ ਜਦੋਂ ਜਮਾਤੀਆਂ ਦਾ ਜ਼ਿਕਰ ਕਰਨ ਦਾ ਕਲਾਸ ਫੈਲੋ ਜਦ ਤੁਸੀਂ ਛੋਟੇ ਨੇ ਜਦੋਂ ਬਚਪਨ ਪੜ੍ਹਦੇ ਆ ਸਕੂਲ ਤੁਹਾਡੇ ਕੋਲ ਕੋਈ ਹਿੰਦੂ ਕਲਾਸ ਫੈਲ ਹੈ ਸਰ ਨਾਲ ਪੜ੍ਹਨ ਨਾਲ ਨਹੀਂ ਅਸੀਂ ਤਾਂ ਪਾਕਿਸਤਾਨ ਤੋਂ ਬਾਅਦ ਸ਼ੁਰੂ ਹੋਏ ਨਾ ਨਹੀਂ ਤੁਸੀਂ ਕਹਿ ਰਹੇ ਮੈਂ ਤੁਸੀਂ ਅਸੀਂ ਜਿਸਕੇ ਪਹਿਲਾਂ ਗਏ ਸੀ ਨਾ ਤੇ ਦੋ ਹਿੰਦੂ ਲੜਕੇ ਆਉਂਦੇ ਸੀ ਸਾਡੇ ਨਾਲ ਬਸ ਅੱਛਾ ਮੇਰੀ ਕਲਾਸ ਵਿੱਚ ਉਹ ਨਾਂ ਤੋਂ ਨਹੀਂ ਯਾਦ ਉਹ ਹਿੰਦੂ ਮੇਰੇ ਨਾਲ ਬਹਿੰਦੇ ਸੀ ਉਸ ਨੇ ਕੋਈ ਅਸੀਂ 2-6 ਮਹੀਨੇ ਗਏ ਪਹਿਲਾਂ ਪਾਕਿਸਤਾਨ ਬਣਾਉਣ ਤੋਂ ਪਹਿਲਾਂ ਸਿਰਫ 6 ਮਹੀਨੇ ਅੱਛਾ ਉਸ ਤੋਂ ਬਾਅਦ ਗਦਰ ਸ਼ੁਰੂ ਹੋ ਗਿਆ ਫਿਰ ਸਕੂਲ ਸ਼ੁਰੂ ਛੁੱਟ ਗਿਆ ਫਿਰ ਜਾ ਕੇ ਦੂਸਰੀ ਦਾਖਲ ਹੋਇਆ ਅਤੇ ਉਹ ਹਿੰਦੂਆਂ ਦੇ ਬੱਚੇ ਹੁੰਦੇ ਦੇਖਦੇ ਸੀ ਅਸੀਂ ਫਿਰਦੇ ਸੀ ਬਾਜ਼ਾਰ 'ਚ ਹਿੰਦੂਆਂ ਦਾ ਦੁਕਾਨਾਂ ਹਿੰਦੂਆਂ ਦੀ ਸੀ ਉਸ ਦੁਕਾਨਾਂ ਜਾਣਾ ਸੀ ਆਉਣਾ ਜਾਣਾ ਬੱਚੇ ਹਿੰਦੂ ਇਨਸਾਨਾਂ ਖੇਡਦੇ ਸੀ ਉਸ ਵਕਤ ਦੇ ਜਿਹੜੇ ਮਸ਼ਹੂਰ ਵੱਡੇ ਕੋਈ ਦੁਕਾਨਦਾਰ ਜਿਹੜੇ ਹਿੰਦੂਆਂ ਦੇ ਉਹ ਕੋਈ ਯਾਦ ਹੋਵੇ ਨਾ ਪਾਉਂਦੇ ਹੋਣ ਜਿਹਨਾਂ ਦੁਕਾਨਾਂ ਦਾ ਸੌਦਾ ਸਾਲਾ ਫਲਾਉਣਾ ਹੁੰਦੇ ਆ ਕੋਈ ਗਣੇਸ਼ ਰਾਮ ਆਏ ਨਾ ਇੱਕ ਹਿੰਦੂ ਆਏ ਅੱਛਾ ਜਿਹੜੇ ਸਾਡੇ ਨਾਲ ਵਪਾਰ ਕਰਦਾ ਸਾਰੇ ਮੁਸਲਮਾਨ ਨਾਲ ਠੀਕ ਹੈ ਅਤੇ ਬਾਕੀ ਮੁਸਲਮਾਨਾਂ ਦੇ ਸੁਣਾ ਰਹੇ ਹਨ ਜਿਸ ਤੇ ਸਾਰੇ ਮੁਸਲਮਾਨ ਦੁਕਾਨਾਂ ਵੀ ਇਸੇ 'ਚ ਹਿੰਦੂਆਂ ਦੀਆਂ ਦੁਕਾਨਾਂ ਨੂੰ ਨਾ ਤਾਂ ਕਿਸੇ ਹਿੰਦੂ ਦਾ ਨਹੀਂ ਰਹਿ ਗਿਆ ਯਾਦ ਹੈ ਕਿਉਂਕਿ ਮੈਨੂੰ ਨਾ ਅੱਜ ਤੋਂ 6-7 ਮਹੀਨੇ ਤੋਂ ਤਾਂ ਖੈਰ ਜ਼ਿਆਦਾ ਅਰਸਾ ਹੋ ਗਿਆ ਅਤੇ ਮੈਨੂੰ ਇੱਕ ਲੂਥੜੇ ਰਾਬਤਾ ਕਾਇਮ ਕੀਤਾ ਸਤਾਵੀ ਚੱਕਦੇ ਹਾਂ ਅਤੇ ਭਾਈ ਸਾਨੂੰ ਨਾ ਸਾਡਾ ਚੱਕ ਵਿਖਾਓ ਉਹ ਫਿਰ ਮੈਂ ਗਿਆ ਨਾਸਰ ਨਗਰ ਦੇ ਨਾਲ ਉੱਥੋਂ ਮੈਂ ਪਤਾ ਕਰਕੇ ਅਤੇ ਉੱਥੇ ਗਿਆ ਬਣਾ ਕੇ ਇਹਨਾਂ ਨੂੰ ਵਿਖਾਈ ਉਹ ਨਾਸਰ ਨਗਰ ਰਹਿਣਾ ਲਿਆ ਬੜੇ ਖੁਸ਼ ਹੋਏ ਉਹ ਬੜੇ ਮਾਂ ਨੂੰ ਖੁਸ਼ ਹੋ ਉਹਨਾਂ ਨੇ ਦੁਆਵਾਂ ਦਿੱਤੀਆਂ ਦਿਮਾਗ ਕਿ ਤਾਂ ਮੈਂ ਉਹ ਮੈਂ ਤਾਂ ਪੁੱਛ ਰਹੀ ਸੀ ਵੀ ਕਿਉਂਕਿ ਕੁਛ ਚੰਦ ਦੀ ਗੱਲਾਂ ਦੀ ਤਸ਼ਨਗੀ ਜੀ ਰਹਿ ਗਈ ਹੈ ਹਾਂਜੀ ਅੱਲਾਹ ਤਾਲਾ ਦੇਖੋ ਵਕਤ ਬੜਾ ਮੈਂ ਆਪ ਬੀਤੀ ਲਿਖੀ ਹੈ ਪੂਰੀ ਜਦੋਂ ਮੈਂ ਜਿੱਥੇ ਪੈਦਾ ਹੋਇਆ ਜਦੋਂ ਪੜ੍ਹਿਆ ਜੇ ਉਹ ਸਾਰਾ ਕੋਈ ਕਾਲਜ ਵਗੈਰਾ ਕਰ ਕਰਾ ਕੇ ਫਿਰ ਫੋਰਸ 'ਚ ਹੋ ਕੇ ਰਿਟਾਇਰ ਹੋ ਕੇ ਅਤੇ ਫਿਰ ਅਖੀਰ 'ਚ ਇੱਕ ਵਾਰ ਵਰਡ ਮੈਂ 2-4 ਲੈਣਾ ਲਿਖ ਛੱਡੀ ਆ ਗਲਤ ਲਿਖੀ ਮੈਂ ਆਪਣੀ ਤਰਫੋਂ ਲੇਕਿਨ ਮੈਂ ਬਸ ਜਜ਼ਬਾਤ 'ਚ ਲਿਖ ਛੱਡੀ ਆ ਕਿ ਪਾਕਿਸਤਾਨ ਬਣ ਤਾਂ ਗਿਆ ਕਹਿ ਦਿਆ ਤਾਂ ਬਣਾਇਆ ਅਤੇ ਪਾਕ ਲੈਂਡ ਯਾਨੀ ਪਾਕ ਜ਼ਮੀਨ ਪਾਕ ਮੁਸਲਮਾਨਾਂ ਵਾਸਤੇ ਕਿ ਅਸੀਂ ਉਸ ਵੇਲੇ ਹਿੰਦੂਆਂ ਦੇ ਵੇਲੇ ਜੋ ਮਰਜ਼ੀ ਕਰੀਏ ਆ ਵੱਡਾ ਜ਼ਬਰ ਕੀਤਾ ਕੁਰਬਾਨੀ ਤਾਂ ਨਹੀਂ ਪੁੱਛਣਾ ਉਹਨਾਂ ਨੇ ਕਿਉਂਕਿ ਅਕਸੀਅਤ ਸਾਡੀ ਚੇਤੇ ਵੱਡਾ ਜ਼ਬਰ ਕੀਤਾ ਨਹੀਂ ਪੁੱਛਣਾ ਉਹਨਾਂ ਨੇ ਅੱਛਾ ਚਾਹੇ ਗਾਇ ਕੀਤੀ ਜੋ ਮਰਜ਼ੀ ਕੀਤਾ ਮਾਜ ਕੀਤੀ ਹੈ ਛੋਟਾ ਕੀਤਾ ਉਹਨੇ ਨਹੀਂ ਪੁੱਛਣਾ
ਹਾਂ ਅਲਬਤ ਖਾਂਦੇ ਪੀਂਦੇ ਨਹੀਂ ਸੀ ਉਹ ਤਾਂ ਉਹ ਨਾ ਉਹ ਜਿੱਥੇ ਦਬਾ ਹੁੰਦਾ ਉੱਥੇ ਨੇੜੇ ਆਉਂਦੇ ਸੀ ਦੋ ਰਾਤ ਚਲੇ ਗਏ ਲਾਸ਼ ਬਾਕੀ ਉਹਨਾਂ ਦਾ ਸਾਡਾ ਕੋਈ ਦੁਸ਼ਮਣੀ ਨਹੀਂ ਕੋਈ ਸ਼ਾਇ ਨਹੀਂ ਸੀ ਅਸੀਂ ਨਮਾਜ਼ ਪੜ੍ਹਨ ਜਾਂਦੇ ਹਾਂ ਨਮਾਜ਼ ਪੜ੍ਹਨ 'ਚ ਕੋਈ ਨਹੀਂ ਰੋਕਣਾ ਉਹਨਾਂ ਹਿੰਦੂ ਹੋਣ ਸਿੱਖ ਹੋਣ ਕੋਈ ਨਹੀਂ ਰੋਕਣਾ ਈਦ ਆ ਗਈ ਅਸੀਂ ਸਿਆਹ ਕਰੀਏ ਸਫੈਦ ਕਰੀਏ ਖੁਸ਼ੀਆਂ ਮਨਾਈ ਉਹਨਾਂ ਸਾਡੇ ਨਾਲ ਮਨਾਉਣੀ ਹੈ ਕੋਈ ਨਫ਼ਰਤ ਨਹੀਂ ਹੈ ਦੀਵਾਲੀ ਅਸੀਂ ਆਉਂਦੇ ਸੀ ਦੀਵਾਲੀ 'ਚ ਅਸੀਂ ਜਾਂਦੇ ਸੀ ਬੱਚੇ ਅਸੀਂ ਜਾ ਕੇ ਹੱਲਾ ਗੁੱਲਾ ਕਰਨਾ ਰੰਗ ਸੰਗ ਸੱਟਣੇ ਸਟਾਉਣੇ ਉਹ ਅਸੀਂ ਕਰਦੇ ਸੀ ਉਹਨਾਂ ਦੇ ਨਾਲ ਦੁਸਹਿਰਾ 'ਚ ਨਹੀਂ ਦੁਸਹਿਰਾ 'ਚ ਪਿੰਡਾਂ 'ਚ ਆਉਂਦਾ ਸੀ ਪਿੰਡ ਆਪਣਾ ਸ਼ਹਿਰਾਂ 'ਚ ਦੀਵਾਲੀ ਫਿਰ 'ਚ ਮੁਲਕੀ ਕਸਬਿਆਂ 'ਚ ਇੱਥੇ ਆ ਕੇ ਆਉਂਦੇ ਸੀ ਅਤੇ ਉਹਨਾਂ ਨਾਲ ਠੀਕ ਠਾਕ ਰਹਿੰਦੇ ਲੇਕਿਨ ਜਿਸ ਵੇਲੇ ਪਾਕਿਸਤਾਨ ਬਣ ਗਿਆ ਅਤੇ ਬੜੀ ਖੁਸ਼ੀ ਹੋਈ ਕਿ ਸਾਡਾ ਪਾਕਿਸਤਾਨ ਬਣ ਗਿਆ ਅਸੀਂ ਸਾਰੇ ਮੁਸਲਮਾਨ ਇਕੱਠੇ ਹੋਵਾਂਗੇ ਨਮਾਜ਼ਾਂ ਪੜ੍ਹਾਂਗੇ ਅਜ਼ਾਨਾਂ ਦੇਵਾਂਗੇ ਕੋਈ ਭੈਣ 'ਚ ਪੁੱਛਣ ਵਾਲਾ ਨਹੀਂ ਹੋਏਗਾ ਔਰਤ ਉਸ ਵੇਲੇ 2 ਕਿਲੋ ਸੋਨਾ ਲੈ ਕੇ ਅਤੇ ਜੰਗਲ 'ਚ ਨਿਕਲ ਜਾਵੇ ਅੰਗਰੇਜ਼ ਦੇ ਵੇਲੇ ਉਸ ਅੰਗਰੇਜ਼ ਦੇ ਹਕੂਮਤ ਦੀ ਕਿਸੇ ਜ਼ਰੂਰਤ ਨਹੀਂ ਕੌਣ ਤਰ੍ਹਾਂ ਵੇਖ ਸਕੇ ਇੱਕ ਕਤਲ ਹੋ ਗਿਆ ਹੈ ਅਤੇ ਜਾਂ ਕਤਲ ਹੋਇਆ ਚਾਹੇ ਹੋਇਆ ਪਿੰਡੀ 'ਚ ਚਾਹੇ ਹੋਇਆ ਲਾਹੌਰ ਜਿੱਥੇ ਮਰਜ਼ੀ ਹੋਇਆ ਅਤੇ ਕੋਈ ਦਸੋਂ ਦਿਨ ਪਤਾ ਲੱਗਦਾ ਸੀ ਲੇਕਿਨ ਲਾਲ ਅਸਮਾਨ ਹੋ ਜਾਂਦਾ ਅਨੇਰੀ ਲਾਲ ਹੁੰਦੀ ਇੰਡੀਕੇਟ ਹੁੰਦਾ ਕਿ ਕਿਤੇ ਕਤਲ ਹੋ ਗਿਆ ਲਾਲ ਅਨੇਰੀ ਆਉਣੀ ਇਹ ਅੰਦਾਜ਼ ਹੋਇਆ ਕਿ ਕਿਤੇ ਕਤਲ ਹੋ ਗਿਆ ਜਿੱਥੇ ਕਤਲ ਨਾ ਇਨਸਾਫੀ ਹੋਈ ਤਾਂ ਲਾਲ ਅਨੇਰੀ ਅੱਲਾਹ ਦੇ ਹੁਕਮ ਨਾਲ ਆਈ ਉਸ ਵਕਤ ਇਹ ਸੀ ਫਿਰ ਜਿਸ ਵੇਲੇ ਪਾਕਿਸਤਾਨ ਬਣ ਗਿਆ ਅਤੇ ਆਪਣੇ ਮੁਸਲਮਾਨ ਉੱਧਰੋਂ ਵੀ ਆ ਗਏ ਅਤੇ ਅਸੀਂ ਸਾਰੇ ਚੰਦ ਇੱਕ ਹਿੰਦੂ ਰਹਿ ਗਏ ਚੰਦ ਇੱਕ ਇਸੂ ਰਹਿ ਗਏ ਚੰਦ ਇੱਕ ਈਸਾਈ ਰਹਿ ਗਏ ਇਹੀ ਰਹਿ ਗਿਆ ਬਾਕੀ ਸਾਡੀ ਅਕਸਰੀਅਤ ਸਾਰੇ ਪਾਕ ਲੈਣ ਦੇ ਪਾਕ ਮੁਸਲਮਾਨਾਂ ਦੀ ਕਲਮਾ ਗੋਲੀ ਹੋ ਗਈ ਹੁਣ ਅੱਜ ਅਗਰ ਉਸ ਦੌਰ ਨੂੰ ਮੈਂ ਵੇਖਾਂ 10-12 ਸਾਲ ਦਾ ਸੀ ਜਦੋਂ ਉਸ ਦੌਰ ਨੂੰ ਵੇਖਾਂ ਅਤੇ ਅੱਜ ਦਿਨ ਵੇਖਾਂ ਅਤੇ ਮੈਂ ਕਹਿੰਦਾ ਗਫਾਰ ਖਾਂ ਪਠਾਨ ਉਹਨੇ ਕਿਹਾ ਸੀ ਕਿ ਪਾਕਿਸਤਾਨ ਕਾਇਦਾ ਨਾਲ ਗਲਤ ਬਣਾਇਆ ਇਹ ਇੱਕ ਦਿਨ ਪਛਤਾਉਣਗੇ ਅਤੇ ਮੈਨੂੰ ਮੈਂ ਅਗਰ ਮਰ ਜਾਵਾਂ ਤਾਂ ਮੈਨੂੰ ਦਫਨਾਇਆ ਉਹਨਾਂ ਮੈਨੂੰ ਕਾਬਲ ਦਫਨਾਇਆ ਉਹਨੂੰ ਕਾਬਲ ਲੈ ਗਿਆ ਦਫਨਾਇਆ ਨੇ ਜਾ ਕੇ ਯਾਦ ਹੈ 1999 ਜਦੋਂ ਮੈਂ ਫਿਕਰ ਪਿਸ਼ਾਵਰ ਸੀ ਉਹਨੂੰ ਉੱਥੇ ਜੇ ਦਫਨਾਇਆ ਨੇ ਮੈਂ ਵੀ ਪਿਸ਼ਾਵਰ ਵੱਲ ਮੇਰੀ ਪੋਸਟਿੰਗ ਹੋਈ ਸੀ ਉਹ ਪਿਸ਼ਾਵਰ ਦਫਨਾਇਆ ਉਹਨਾਂ ਨੂੰ ਉੱਥੇ ਜਾ ਕੇ ਹੁਣ ਅੱਜ ਜਨਾਬ ਮੈਂ ਕਹਿੰਦਾ ਅਗਰ ਕਾਜ਼ੀ ਆਜ਼ਮ ਹੁੰਦਾ ਨਾ ਅੱਜ ਜਿਹੜੀ ਆ ਦਹਿਸ਼ਤਗਰਦੀ ਜਿਹੜੀ ਜ਼ਨਾਕਾਰੀ ਜੋ ਕੁਛ ਅੱਜ ਹੋ ਰਿਹਾ ਨਾ ਜੋ ਜ਼ੁਲਮ ਪੁਲਿਸ ਕਰ ਰਹੀ ਨਾ ਮੈਂ ਕਹਿੰਦਾ ਉਹਦੀ ਰੂਹ ਕਹਿੰਦੀ ਹੋਏਗੀ ਕਿ ਮੈਂ ਗਲਤ ਕੀਤਾ ਪਾਕਿਸਤਾਨ ਨਹੀਂ ਬਣਾਉਣਾ ਸੀ ਇਹ ਉਹੀ ਜੁੱਤੀਆਂ ਖਾਂਦੇ ਰਹਿੰਦੇ ਇਹ ਉਹਨਾਂ ਦੇ ਥੱਲੇ ਰਹਿੰਦੇ ਅੰਗਰੇਜ਼ਾਂ ਦੇ ਮੈਂ ਮਹਕੂਮ ਹੋ ਕੇ ਰਹਿੰਦੇ ਅਤੇ ਫਿਰ ਇਹ ਠੀਕ ਸੀ ਇਹਨਾਂ ਨੂੰ ਆਪਣੀ ਮਿਲੀ ਇਜਾਰਾਦਾਰੀ ਅਤੇ ਇੱਕ ਦੋ ਦਿਨ ਦੁਸ਼ਮਣ ਬਣ ਗਏ ਹੁਣ ਦੇਖੀਏ ਸਾਹਿਬਾਲ ਦੇ ਵਾਸਤੇ ਅਸੀਂ ਨਫ਼ਰਤ ਹੋ ਗਈ ਇਹਨਾਂ ਮੁਸਲਮਾਨਾਂ ਕੋਲ ਯਕੀਨ ਕਰਾਉਣਾ ਨਾ ਕੋਈ ਨਮਾਜ਼ ਪੜ੍ਹਨ ਦਾ ਸਵਾਦ ਹੈ ਨਾ ਕੋਈ ਜੁਮਾ ਪੜ੍ਹਨ ਦਾ ਸਵਾਦ ਹੈ ਨਾ ਕੋਈ ਜਾਗਦਾ ਕਿ ਕਿਸੇ ਨਾਲ ਯਾਨੀ ਕਿ ਘਰੋਂ ਮੈਂ ਨਿਕਲਿਆ ਅਤੇ ਸ਼ਾਮ ਨੂੰ ਇਹ ਨਹੀਂ ਤਵੱਕੋ ਕਿ ਮੈਂ ਸਾਲਿਮ ਦੇ ਸੁਭਾਅ ਕੋਈ ਦਹਿਸ਼ਤ ਕਰਦੇ ਕੋਈ ਨਾ ਕੋਈ ਚੋਰ ਡਾਕੂ ਨੇ ਇੱਜ਼ਤ ਮੇਰੀ ਬੱਚੀਆਂ ਬਾਹਰ ਜਾਂਦੀਆਂ ਨੇ ਸਾਰਿਆਂ ਦੀਆਂ ਅਤੇ ਕਾਲਜ ਜਾਂਦੀਆਂ ਨੇ ਕੋਈ ਨਾ ਕੋਈ ਬੱਚੀ ਨੂੰ ਕੁਛ ਹੋ ਜਾਂਦਾ ਲੇਕਿਨ ਪੁੱਛਣ ਹੈ ਹੀ ਕੋਈ ਨਾ ਇਨਸਾਫ ਤਾਂ ਪਾਕਿਸਤਾਨ ਮੁੱਕ ਗਿਆ ਅਦਾਲਤਾਂ ਮੁੱਕ ਗਈਆਂ ਜੱਜ ਮੁੱਕ ਗਏ ਵਕੀਲ ਮੁੱਕ ਗਏ ਕੋਈ ਸ਼ਾਇ ਨਹੀਂ ਪਾਕਿਸਤਾਨ 'ਚ ਇਸ ਕਿਸਮ ਦੀ ਅਫਰਾ ਤਫਰੀ ਹਰ ਪਾਸੇ ਮੱਚੀ ਹੋਈ ਅੱਲਾਹ ਤਾਲਾ ਪਾਕਿਸਤਾਨ ਦਾ ਹਾਮੀ ਉਹ ਨਾਸਰ ਹੋਵੇ ਬਸ ਅੱਛਾ ਉਸ ਵੇਲੇ ਤੁਸੀਂ ਜਿਵੇਂ ਆਂਢ ਗੁਆਂਢ ਜਿਵੇਂ ਸ਼ਾਦੀਆਂ ਵੀ ਹੁੰਦੀਆਂ ਜਿਵੇਂ ਤੁਸੀਂ ਦੱਸਦੇ ਪਏ ਵੀ ਸ਼ਾਦੀਆਂ ਦੇਖਦੇ ਤਾਂ ਆਉਂਦੇ ਵਹਿੰਦੇ ਆ ਅਤੇ ਜ਼ਿਆਦਾਤਰ ਮਤਲਬ ਰਸਮਾਂ ਕਿਸ ਕਿਸਮ ਦੀਆਂ ਹੁੰਦੀਆਂ ਸਭ ਕੋਲ ਖਾਵਣ ਪਕਾਵਣ ਜਾਂ ਉਸ ਤੋਂ ਇਲਾਵਾ ਜਿਹੜੀਆਂ ਰਸਮਾਂ ਉਸ ਵੇਲੇ ਸੀ ਨਾ ਉਹੀ ਰਸਮਾਂ ਹੋਣ ਨੇ ਅੱਛਾ ਅਸੀਂ ਇਹ ਰਸਮਾਂ ਲਈਆਂ ਨੇ ਹਿੰਦੂਆਂ ਕੋਲੋਂ ਸਾਡੇ ਮੁਸਲਮਾਨ ਰਸਮਾਂ ਨਹੀਂ ਨੇ ਕਾ ਮਹਿੰਦੀ ਆ ਰਹੀ ਅਤੇ ਮਹਿੰਦੀ ਜਾ ਰਹੀ ਹੈ ਚਾਹੇ ਸਵੇਰੇ ਹੋ ਰਹੇ ਚਾਹੇ ਫਲਾਨਾ ਹੋ ਰਿਹਾ ਚਾਹੇ ਫਲਾਨਾ ਇਹ ਹਿੰਦੂ ਕਰਦੇ ਸੀ ਆਹੋ ਉਹਨਾਂ ਕੋਲੋਂ ਅਸੀਂ ਅਡਾਪਟ ਕੀਤਾ ਹੈ ਹਿੰਦੂਆਂ ਕੋਲੋਂ ਸਾਡੇ ਬਜ਼ੁਰਗਾਂ ਨੇ ਅਸੀਂ ਤਾਂ ਕਿਹਾ ਛੋਟੇ ਅਡਾਪਟ ਕੀਤਾ ਸਾਰੇ ਜਿਹੜੇ ਨਾ ਜਿੱਥੇ ਰਸੂਮਾਤ ਹਿੰਦੂਆਂ ਦੀਆਂ ਨੇ ਉਹ ਹੁਣ ਵੀ ਸਾਡੇ 'ਚ ਆ ਰਹੇ ਮੁਸਲਮਾਨ 'ਚ ਕਿਉਂਕਿ ਸਾਰੀ ਜ਼ਿੰਦਗੀ ਸਾਰੀ ਉਮਰ ਦੇਖ ਮੈਂ ਤੇਰੇ ਨਾਲ ਬੈਠਾ ਅਤੇ ਤੇਰਾ ਊਂਚ ਨੀਚ ਖੂਬੀ ਜੋ ਤੇਰੇ 'ਚ ਮੇਰੇ ਕੋਲ ਖਾਮੀ ਉਹ ਮੇਰੇ 'ਚ ਆਉਣੀ ਹੈ ਜਿਹੜੀ ਮੇਰੀ 'ਚ ਉਹ ਤੁਹਾਡੇ 'ਚ ਆਉਣੀ ਹੈ ਹੁਣ ਉਹ ਜੋ ਪਤਾ ਨਹੀਂ ਕਦੋਂ ਦੇ ਮੁਸਲਮਾਨ ਅਤੇ ਹਿੰਦੂ ਅਸੀਂ ਇਕੱਠੇ ਰਹਿ ਰਹੇ ਹਾਂ ਉਹਨਾਂ ਦੀ ਸ਼ਾਦੀ ਹੋ ਰਹੀ ਅਸੀਂ ਜਾ ਰਹੇ ਹਾਂ ਸਾਡੀ ਸ਼ਾਦੀ 'ਤੇ ਉਹ ਆ ਰਹੇ ਨੇ ਰਸਮਾਂ ਬਣਾਉਂਦੀਆਂ ਨੇ ਹੁਣ ਕੁਛ ਰਸਮਾਂ ਐਸੀਆਂ ਜਿਹੜੀ ਕਿ ਸਾਨੂੰ ਮੁਸਲਮਾਨ ਜਾਇਜ਼ ਨਹੀਂ ਲੇਕਿਨ ਅਸੀਂ ਕਰਦੇ ਹਾਂ ਕਰਦੇ ਹਾਂ ਹਿੰਦੂਆਂ ਦੀ ਉਹ ਲੱਗੀ ਹੋਈ ਨੇ ਉਹ ਜੀ ਸਾਡੇ ਬਾਬਾ ਕਰਦੇ ਦਾਦਾ ਪੜਦਾਦਾ ਕਰਦਾ ਸੀ ਅਸੀਂ ਉਹ ਛੱਡੀਏ ਇਸ ਤਰ੍ਹਾਂ ਕਰਕੇ ਉਹ ਚੱਲਦੇ ਵੀ ਰਸਮਾਂ
ਹੋਰ ਕੋਈ? ਅੱਛਾ 1947 ਦੇ ਹਵਾਲੇ ਨਾਲ ਤੁਹਾਡੇ ਕੋਲ ਹੋਰ ਕੋਈ ਯਾਦ ਆਏ, ਤੁਹਾਡਾ ਦਿਲ ਕਰਿੰਦਾ ਗੱਲ ਕਰਨਾ ਤਾਂ ਤੁਸੀਂ ਦੱਸੋ। ਨਹੀਂ, 1947 ਹਿੰਦੁਸਤਾਨ ਅਤੇ ਪਾਕਿਸਤਾਨ ਬਣਤਾ ਗਿਆ, ਲੇਕਿਨ ਇਹੋ ਜਿਹੜਾ ਅਮਨ ਨਾਲ ਬਣਦਾ ਨਾ, ਕੰਟਰੋਲ ਅੰਡਰ ਕੰਟਰੋਲ ਬਣਨਾ, ਅੰਗਰੇਜ਼ ਹੁੰਦੇ ਤਾਂ ਅੰਡਰ ਕੰਟਰੋਲ ਕਰਦੇ ਹਨ। ਅਗਰ ਅੰਗਰੇਜ਼ ਬਣਾਇਆ ਸੀ ਤਾਂ ਇੱਥੇ ਰਹਿੰਦੇ ਨਾ, ਤਾਂ ਉਹਨਾਂ ਐਸਾ ਕਰਨਾ ਇੱਕ ਇੱਕ ਡੈਥ ਨਹੀਂ ਹੋਣੀ ਸੀ ਕਿਤੇ ਵੀ, ਕੋਈ ਮਰਨਾ ਨਹੀਂ ਸੀ ਮਿਲਦਾ, ਆਰਾਮ ਨਾਲ ਉਹਨਾਂ ਉਹਨਾਂ ਕੋਲ ਆਰਮੀ ਸੀ, ਕੰਟਰੋਲ ਸੀ, ਉਹ ਇੱਧਰ ਭੇਜਦੇ ਇੱਧਰ ਉੱਧਰ ਭੇਜਦੇ, ਲੇਕਿਨ ਉਹਨਾਂ ਉਹ ਛੱਡ ਕੇ ਚਲੇ ਗਏ। ਅਤੇ ਜੋ ਅਸੀਂ ਜ਼ੁਲਮ ਕੀਤਾ, ਹਿੰਦੂਆਂ ਨੇ ਕੀਤਾ, ਸਿੱਖਾਂ ਨੇ ਕੀਤਾ, ਮੁਸਲਿਮ ਨੇ ਕੀਤਾ, ਬਹੁਤ ਬੁਰਾ ਕੀਤਾ। ਜਿਵੇਂ ਬੱਚੇ ਔਰਤਾਂ ਦਾ ਕਸੂਰ ਕੋਈ ਨਹੀਂ ਨਾ, ਇਹਨਾਂ ਔਰਤਾਂ ਮਾਰੀਆਂ, ਬੱਚੇ ਮਾਰੇ, ਐਸੀ ਜਵਾਨ ਜਵਾਨ ਲੜਕੀ ਖੂਹਾਂ 'ਚ ਛਾਲੇ ਮਾਰ ਛੜੀ ਮਰ ਗਈਆਂ। ਇਹ ਜ਼ੁਲਮ ਜਿਹੜਾ ਨਾ, ਇਹ ਯਾਦ ਰੱਖਿਆ ਜਾਏਗਾ, ਚਾਹੇ ਹਿੰਦੂ ਸੀ, ਚਾਹੇ ਮੁਸਲਮਾਨ ਸੀ, ਚਾਹੇ ਸਿੱਖ ਸੀ, ਤਿੰਨਾਂ ਕੌਮਾਂ ਨੇ ਇੱਕ ਦੂਸਰੇ ਨਾਲ ਘੱਟ ਨਹੀਂ ਕੀਤਾ, ਹਰ ਇੱਕ ਨੇ ਇੱਕ ਦੂਸਰੇ ਮਾਰੇ ਤਾਂ ਬਹੁਤ ਮਾਰੇ, ਹਿੰਦੂਆਂ ਨੇ ਬਹੁਤ ਜ਼ਿਆਦਾ ਮਾਰੇ, ਬਲਕਿ ਕਿਉਂਕਿ ਅਕਸਰੀਅਤ ਉੱਧਰ ਸੀ ਸਾਡੀ ਮੁਸਲਮਾਨਾਂ ਦੀ ਨਾ, ਇੱਥੇ ਤਾਂ ਸਾਡੀ ਆਪਣੀ ਅਕਸਰੀਅਤ ਸੀ, ਅਸੀਂ ਉਹਨਾਂ ਨੂੰ ਮਾਰੇ, ਲੇਕਿਨ ਸਾਡਾ ਕੁਛ ਨਹੀਂ, ਉਹ ਕੋਈ ਪੰਜਵਾਂ ਹਿੱਸਾ ਵੀ ਨਹੀਂ ਜਿਹੜੇ ਮਾਰੇ ਸੀ। ਅੱਛਾ, ਉਸ ਵਕਤ ਜਿਹੜੇ ਮੁਸਲਮਾਨ ਸਨ ਤੁਹਾਡੇ, ਜਿਵੇਂ ਵੱਡੇ ਵੱਡੇ ਪੀਰ ਹੋ ਗਏ ਜਾਂ ਜ਼ਿੰਮੇਦਾਰ ਹੋ ਗਏ, ਇਹਨਾਂ ਕਿਸੇ ਦੀ ਕੋਈ ਰੋਕੇ ਮਦਦ ਮੁਦਦ ਕੋਈ ਨਾ ਕੀਤੀ ਜਾਂ ਕੋਈ? ਨਹੀਂ 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 ਨਹੀਂ, ਇਹਨਾਂ ਦੇ ਆਪਣੇ ਘਰ ਬਾਹਰ ਨਿਕਲਦੇ ਨਹੀਂ ਸੀ, ਕਿਉਂ ਇਹਨਾਂ ਨੂੰ ਆਪਣਾ ਖਤਰਾ ਸੀ, ਮੈਂ ਕੋਈ ਗੋਲੀ ਮਾਰ ਜਾ, ਉਹ ਗਦਰ ਪਿਆ ਨਾ, ਗਦਰ ਦੇ ਵਿੱਚ ਤਾਂ ਕੋਈ ਕਿਸੇ ਮਹਿਫੂਜ਼ ਜਾਨ ਨਹੀਂ ਹੁੰਦੀ ਨਾ, ਵੈਸੇ ਨਿਕਲੀਏ ਬਾਹਰ ਅਤੇ ਕੋਈ ਗੋਲੀ ਮਾਰਿਆ ਜਾਂਦਾ ਪਿਆ ਹੋਵੇ ਤਾਂ ਸਾਡਾ ਕਿ ਉਹ ਫਿਰ ਜਿੰਨੇ ਦਿਨ ਲੈਣਾ ਉਹ ਘਰੋਂ ਨਿਕਲੇ ਹੀ ਨਹੀਂ, ਹਵੇਲੀਆਂ ਦੇ ਵਿੱਚ ਹੀ ਪੈ ਰਿਹਾ। ਦੇਖੀ ਜਿਵੇਂ ਕੋਈ ਬੰਦਾ ਕਿਸੇ ਦੀ ਲੂਹ ਲੈ ਲੈਂਦਾ, ਕਿਸੇ ਦੇ ਤਾਲੁਕਾਤ ਫੈਮਿਲੀ ਜਿਵੇਂ ਤੁਹਾਡੀ ਫੈਮਿਲੀ ਦੇ, ਹਾਂ ਇਹ ਗੱਲ ਇਸ ਤਰ੍ਹਾਂ, ਅਗਰ ਅਗਰ ਹਿੰਦੂ ਭੱਜੇ ਨਾ ਇੱਕ ਅੱਜ ਦੋ ਸਾਲ ਵਾਕਿਓ ਤਾਂ ਸਾਡੇ ਕੋਲ ਆ ਗਏ ਨਾ, ਤਾਂ ਅਸੀਂ ਉਹਨੂੰ ਤਹਾਫ਼ੁਜ਼ ਦਿੱਤਾ, ਤਾਂ ਅਸੀਂ ਉਸ ਵੇਲੇ ਵਾਪਸ ਕੀਤੀ ਜਿਸ ਪਾਕਿਸਤਾਨ ਆਰਮੀ ਆਈ ਹੈ, ਪਹਿਲਾਂ ਕਿਸੇ ਨੇੜੇ ਨਹੀਂ ਆਉਣ ਦਿੱਤਾ। ਅੱਛਾ, ਤੁਸੀਂ ਜ਼ਿਕਰ ਕੀਤਾ ਕਿ ਬਈ ਜਿਹੜੇ ਕੁਝ ਹਿੰਦੂ ਆਪਣਾ ਸਮਾਨ ਅਗਰ ਉਹਨਾਂ ਦਾ ਦੱਬ ਕੇ ਗਏ, ਅਗਰ ਨਹੀਂ ਲੈ ਜਾ ਸਕੇ ਉਸ ਵਕਤ, ਉਹਨਾਂ ਦੇ ਕੋਈ ਐਸਾ ਕੋਈ ਯਾਦ ਪਾਉਂਦਾ ਵਾਕਿਆ ਨਾ ਲਵੋ ਕਿ ਬਈ ਜਿਹੜਾ ਜਿਹੜਾ ਤੁਹਾਡੇ ਦੌਰ 'ਚ ਤੁਸੀਂ ਸ਼ਾਇਦ ਉਹ ਵੇਖਿਆ ਹੋਵੇ? ਹਾਂ ਨਹੀਂ, ਦੇਖਣ ਤਾਂ ਕਿੱਦਾਂ ਸੀ, ਤਾਂ ਆਪਾਂ ਰੁੱਤੀ ਗਏ ਸਾਂ, ਰੁੱਤੀ ਖਾਸ ਕਰਦੇ ਹੁੰਦੇ ਜ਼ਿੰਮੇਦਾਰ, ਜ਼ਿੰਮੇਦਾਰ ਹਿੰਦੂ ਸੀ, ਬੜੇ ਪੈਸੇ ਵਾਲੇ ਬੰਦੇ ਸੀ, ਅਸੀਂ ਗਏ ਹਾਂ ਅਤੇ ਉਹਨਾਂ ਨੇ ਮਕਾਨ ਦੇ ਕੋਨੇ 'ਚ ਪੁੱਟਿਆ ਸੀ, ਪੱਟ ਕੇ ਉੱਥੋਂ ਜ਼ੇਵਰ ਕੱਢਿਆ ਉਹਨਾਂ ਨੇ, ਪੈਸੇ ਦੇ ਦੱਬੇ ਸੀ ਉਹ ਕੱਢ ਕੇ ਅਤੇ ਲੈ ਗਏ। ਫਿਰ ਦੂਸਰਿਆਂ ਜਿਹੜਾ ਜਿਹੜਾ ਹੈ ਸੀ ਨਾ ਮਜ਼ਾਰ ਅਬਦੁਲ ਰਕੀਮ ਦਾ, ਉਹਦੇ ਨਾਲ ਦੱਬੇ ਉਹਨੇ 10 ਕਰਮ ਕੱਢ ਕੱਟ ਕੇ ਨਾ, ਮੈਂ ਇਹਦਾ ਤਹਾਫ਼ੁਜ਼ ਦਰਬਾਰ ਦੀ ਵਜ੍ਹਾ ਉਹ ਕੱਢ ਕੇ ਦੋ ਜਗ੍ਹਾ ਅਸੀਂ ਇੰਨੀ ਸ਼ਾਇਦ ਅਸੀਂ ਵੇਖਿਆ, ਕੱਢ ਕੇ ਉਹ ਹਿੰਦੂ ਆਪ ਆਇਆ ਸੀ, ਅਸੀਂ ਉਹਨਾਂ ਦੀ ਸ਼ਕਲਾਂ ਵੇਖੀਆਂ, ਦੁਕਾਨਾਂ ਹੁੰਦੀਆਂ ਸੀ ਉਹਨਾਂ ਦੀਆਂ, ਉਹ ਪੱਟ ਕੇ ਲੈ ਗਿਆ। ਅੱਛਾ, ਤੇ ਕੋਈ ਉਸ ਵੇਲੇ ਤੁਹਾਡੇ ਨਜ਼ਦੀਕ ਜਿਹੜੇ ਹਿੰਦੂਆਂ ਦੇ ਮੰਦਰ ਹੈ ਨਾ, ਉਹ ਮੰਦਰ ਸਾਡੇ ਨਜ਼ਦੀਕ ਕੋਈ ਨਹੀਂ, ਉਹ ਹੀ ਸੀਤਾ ਕੁੰਡ ਆਈ। ਅੱਛਾ, ਸੀਤਾ ਕੁੰਡ ਉਹਦਾ ਨਾਂ ਹੈ। ਅਤੇ ਇਸ ਤੋਂ ਬਾਅਦ ਮੰਦਰ ਇੱਥੇ ਇੱਕ ਮੰਦਰ ਹੈ ਪੀਰ ਮਾਲ, ਬਸ। ਅੱਛਾ, ਹਾਂ ਪੀਰ ਮਾਲ ਹੈ ਸੀ, ਬਸ ਹੋਰ ਕੋਈ ਨਹੀਂ ਸੀ ਨੇੜੇ ਕੋਈ ਮੰਦਰ ਛੱਡ ਕੋਈ। ਅਬਦੁਲ ਹਕੀਮ ਕੋਈ ਨਾ? ਨਹੀਂ, ਹਾਂ ਅਬਦੁਲ ਹਕੀਮ, ਅਬਦੁਲ ਹਕੀਮ ਕੋਈ ਨਹੀਂ। ਨਾ ਕਰੋਤੀ ਹੈ, ਨਾ ਸੰਜਿਆ ਸੀ, ਨਾ ਪੀਰਮਲ ਸੀ, ਹਾਂ ਟੋਬੇ ਗੁਰਦੁਆਰਾ ਸੀ, ਟੋਬੇ ਚ ਇੱਕ ਹੈ। ਅੱਛਾ, ਤੇ ਇਹ ਜਿਹੜਾ ਦੂਸਰਾ ਕਿ ਨਾ ਹੈਡ ਸਿਧਨਾਈ ਬਣਿਆ, ਹਾਂ ਇਹ ਅੰਗਰੇਜ਼ਾਂ ਦੇ ਦੌਰ ਬਣਿਆ ਜਾਂ ਮੁਸਲਮਾਨਾਂ ਬਣਾ? ਇਹਦੇ ਨਾਲ ਹੈਡ ਸਿਦਰਾਈ ਨਹੀਂ ਸੀ, ਇਹ ਇੱਥੋਂ ਦਰਿਆ ਜਾਂਦਾ ਸੀ ਨਾ, ਕਿਸ਼ਤੀ 'ਤੇ ਉਹਦੇ ਜਾਂਦੇ ਸੀ, ਅਤੇ ਇਹਨੂੰ ਕਹਿੰਦੇ ਸੀ ਆਪਣਾ ਦਰਿਆ ਦਾ ਬਹਾਓ ਨੂੰ ਕੁਛ ਉਹ ਕਹਿੰਦੇ ਸੀ। ਇਹ ਤਾਂ ਜਿੱਥੇ ਅਯੂਬ ਖਾਂ ਆਇਆ ਨਾ, ਅਤੇ ਉਹ ਲਾਮ ਲਿਖੇ ਜੋ ਦਰਿਆ ਨਿਕਲ ਉੱਥੋਂ ਨਿਕਲਦਾ, ਅਤੇ ਪਿੱਛੋਂ ਪਾਣੀ ਨਿਕਲ ਜਾਂਦਾ ਅਤੇ ਕਮਾਲੀਏ ਕੋਲ, ਪੀਰ ਮਿੱਥੋਂ ਨਿਕਲ ਕੇ ਸਾਲ ਤਬਾਹੀ ਕਰ ਦਿੰਦੇ ਸੀ, ਅਤੇ ਉਹਨੇ ਆ ਕੇ ਫਿਰ ਇਹ ਨਿਕਾਸੂ ਉਹਦੇ ਨਾਂ ਰੱਖਿਆ, ਅਤੇ ਜਿੱਥੋਂ ਛਾਲ ਮਾਰੀ ਉੱਥੋਂ ਕੱਢਿਆ ਦਰਿਆ ਇੱਕ ਕਿਸਮ ਦਾ, ਤੈਂ ਉੱਤੋਂ ਲਿਜਾ ਕੇ ਬਾਈਪਾਸ ਕਰਕੇ, ਅਤੇ ਉਹ ਪੁਰਾਣਾ ਹੈਡ ਇੱਥੇ ਉਹਦੇ ਕੋਲ ਜੱਗ ਵਿੱਚ ਪਾਇਆ, ਜਾਂ ਪਿੱਛੋਂ ਪਾਣੀ ਆਵੇ ਅਤੇ ਇਹ ਅੱਗੇ ਜਿੱਥੇ ਲਾਮ ਲਖਣ ਛਾਲ ਮਾਰੀ ਉੱਥੋਂ ਨਿਕਲਦਾ ਨਹੀਂ, ਅਤੇ ਇਹ ਪਾਉਣ ਇੱਧਰੋਂ ਹੋ ਕੇ ਅੱਗੇ ਪੈ ਜਾਵੇ ਅਤੇ ਪਿੱਛੇ ਜ਼ੋਰ ਘੱਟ ਹੋ ਜਾਵੇ, ਉਹ ਬਣਾਇਆ ਅਯੂਬ ਖਾਨ ਨੇ। ਫਿਰ ਇਹਦੇ ਨਾਲ ਹੈਡ ਸਿਧਨਾਈ ਰੱਖਿਆ ਗਿਆ, ਸਿਧਨਾਈ ਦਾ ਮਤਲਬ ਕਿ ਸਿੱਧਾ, ਉਹ ਰਾਮ ਲਖਣ ਦੀ ਵਜ੍ਹਾ ਨਾਲ ਹੈਡ ਹੈਡ ਬਣ ਗਿਆ, ਨਹਿਰਾਂ ਬਣ ਗਈਆਂ, ਸਾਰਾ ਹੈਡ ਸਿਧਨਾਈ ਬਣ ਗਿਆ। ਅਤੇ ਫਿਰ ਇਹ ਕਿ ਸਾਡੇ ਦਰਿਆ ਦੋ ਨਾਲ ਰੋਕ ਲਏ ਸੀ,
सतलुज रोक लिया, चनाब रोक लिया, अपना अन्ना चनाब अपना रावी रोक लिया, जेलम रोक, ये तीन दरिया जिसमें रोकला नहीं हिंदुओं ने, तो महाद होया से 1962 ईस्वी में अयूब खान पीता से बाद मुल्कम बन के ना सारे फिर नहर कटी सी रावी, हाँ सिंतास रावी का पानी पूरा करने वास्ते चनाब का कट के बिच पाया, इतों कट के फिर मुल्तान इधर सारे नहर की हमने ये हैड बनवाया सी अपने अयूब खान, वो बनवा के गया। तो जो हुकूमत अयूब खान ने की है ना वो पाकिस्तान के भी तो होर कोई नहीं कर सकता, ना किसी ने की है ना किसी जुड़ाते जो काम वो कर गया वही कर गया बस। यानी ये देख लो कि मार्शल ला लाया से उन्हें 1956 पर यकीन को चार चार बच्चे लेके मामा वापस आ गए, जो कि निकल गया अच्छी औरत ना बच्चियाँ वो चार चार बच्चे लेके वापस आई गए थी, निकल के में गए फर के को अगवा कर लग गया थी। अच्छा, कोई पसंद शादी करके माँ बहुत पिला चले गई थी तो वो गरीब से नहीं पहुँच सकते थे, या माशाला का इतला वो जनाब चार चार बच्चे लेके वापस आ गए फिर बाद सुबह सुबह ना बेटी। अच्छा ये तो फिर चलो हूँ कुदरती गल छेड़ पी तो आप इस वाले गल पुछने कि जो 1947 पाकिस्तान बन गया तो जेडे बुरे हालत पाकिस्तान बन गए। अच्छा फिर जो कह दिया उनका इंतकाल हो गया वो दिन कोई तुम याद है? याद है, वो ये है कि कैदियों ने फिर जियारत है। अच्छा, असि स्कूल पढ़ते सारा कुछ देखा उत्ते जियारत थी, ज्यारत चो ये बीमार गया खबर आने लग गया उसे रेडियो तो होंगे किसी कोई रेडियो होता से कोई नहीं होता सी, वो लगना तो असं मुझे जाके सुनते होंगे सी फलाने को रेडियो रखा है जी पानी पानी तार सुटनी तो फिर वो आवाज पा वो फिर उतों कह दिया दम बीमार हो गया तो इन लिया ने माड़ीपुर अड्डे माड़ीपुर अड्डे ये भी रात की खबर हुई, फिर उसके बाद लै गया उसे दारो खिलाफा कराची से उत्थी डैथ हुई, लेकिन बाद अखबार चाया कि बेस कमांडर जो माड़ीपुर फ्लाई लैफ्टिनेंट से उस जमाने हूँ ये जिस मीटिंग हुई तो सारे वजीर से सारे बुलाए थे बेस कमांडर से जो अड्डे का उन्हें बुलाया ने वो भी आया से हूँ उसकी खबर नहीं पता क्या ज्यादा तो कह ज्यादा वो लिया रहे मेरे बेस से तो फिर इतने लिया ने दारू खिलाफ उन्हें पता ही कोई नहीं ना उन्हें किसी सलाह दी है। वो रात 12-1 बजे 2 बजे निकलिया तो है ना अपना कराची का आगरा ताज उत्थे इन्नी बो होंगी हूँ भी अज भी थोड़ी इन्नी बो होंगी कि बंदा निकल नहीं सकता। आइजनहावर सदर अमेरिका का आया थे किन्ने टन इन्हें कस्तूरी सट्टी तो उत्थे तो लंघाया उ क्यों बेस्टर थर च लिया उस उत्थे लंघाया ने उन्होंने उत्थे अखे कहता बयान अखबार मैं रखी रखी हूँ तो पता कि पई होनी बयान फ्लाई लैफ्टिनेंट के बेस कमांडर कहते मैं उत्थे आया तो एंबूलेंस गवर्नमेंट सरकार ही खड़ी सी वो मैं उतर के गया हमदर्द के मैं शायद खराब हो गई तो मैं इन मरीज न मंजिल मकसूद तो पहुँचा छा अगे गया तो जरा कह दिया सिर मोत्र फातमा उन्होंने पढ़ते थी मतलब माँ पिया से देखिए तो जहाँ मैं गया तो जो एक बॉडी गार्ड बैठो सके कैरियन पुलिस कैरियन करियर पुलिस कैरियन मैं कि बहस करनी सी कोई की मैं किधरों आ मैं नहीं पता कोई पता कि मैं बेस से गया उसे पता लगा कि क्या जाना इतने उतरिया तो जा रहा एंबूलेंस लैके गई और वो बाद 2 घंटे बाद खबर निकली कि कह दें फौज उन्हें उतर तो एंबूलेंस उतों नहीं चलाई बोध जिन्हें तक मरिया नहीं ये हशर मुसलमान उन्हें किया तो मोहतरमा फातिमा जना देख लो रात सुती तो सवेरे मरी पई सी ये जो पाकिस्तान के बनाने वाले मौसम साले उन्होंने मुसलमान कदर फिर मतलब कैदम का इंतकाल हो गया। हाँ उस तो बाद यकदरी खान आया, यकदरी खान आया, यकदरी खान बहुत अच्छा लीडर है बहुत अच्छा लीडर है। यकदरी खान फिर जिस उठे गया कराची कोंपड़ी बाग उत्थे जो तकरीर कर लगा तो अकबर नामी शख्स जी एक उसने गोली मारी मजमे या गोली लगी तो डिग पिया तो सारी दुनिया भज पई वो आराम ना भजे दिता है इन्हों तो अगे लड़े औरत खड़ो उस आख्या लाख लड़ा तुम मरदा भैन और पब्लिक उन्होंने लत्तां नपके खिंचड़िया मार्च लत्तां नपके खिंचन बाहवा खिंच के उन्हें मार छड़िया उस तो बाद फिर उस हकीकत की बनना कोई पता लगे कौन मारना किस तरह मराया गया।
अच्छा फिर लियाकत अली वजीर अहमद बन गया, उस तो बाद फिर मोहम्मद अली आया गवर्नर जिन्ना बढ़िया गुलाम मोहम्मद, गुलाम मोहम्मद फिर उस तो वजीर अपना बढ़िया मोहम्मद अली चौधरी मोहम्मद अली चौधरी मोहम्मद, फिर गुलाम मोहम्मद आया, गुलाम मोहम्मद में अयूब खान भेजिया इंग्लैंड च मुड़ के लाया मार गया उत्थे। नहीं तो सिकंदर मिर्जा, हाँ सिकंदर मिर्जा, वो सिकंदर मिर्जा गुलाम मोहम्मद से पहले गुलाम मोहम्मद, क्योंकि इस सिकंदर असल च अयूब खान दे तो पहले मार्शल आ लाया सी सिकंदर मिर्जा ने, वो तो छोटा जिहा सी के ओदा कोई वैल्यू नहीं सी, नया सी लेकिन ओदा कोई वैल्यू नहीं सी, ला छड्या तो उस बाद फिर अयूब खान आया, इन्हें आके जनाब ने उन्होंने भेजा उधर से मार्शल अपना 1956 ला लिया, यही मार्शल कामयाब। अच्छा ये जी गल उस वक्त नेहरू ने की थी ऐसी कि भाई इतने साडा बंदा धोती नहीं बदलता, हां वो कहंदा इतने असी धोती नहीं बदलते जिन्ने वजीर तब्दील करते रहे, यानी कि हुकूमत बदलती है साड़ी धोती वजीर धोती तब्दील करते हैं, और वाकई इस तरह के जेकर 47 पाकिस्तान बने 48, 49, 50, 55 तक के पांच तब्दील कर चुके हर साल बाद, हर साल बाद एक वजीर आजम वजीर सदर सदर या वजीर जैसे होंगे वो हर साल बाद चेंज होने, हर साल बाद दो साल बाद सिकंदर मिर्जा बेचारा गया। अच्छा ये दसो भी जो उस वक्त जिसने करारदाद पाकिस्तान पेश की थी मौलवी फजल हक, हाँ फजल हक, हाँ आया ये गल थोड़ी याददाश्त है भी उस इन्होंने करदार डिक्लेयर किया ਕਹਿੰਦੇ ਜੀ ਗੱਦਾਰ ਹੈ ਉਹਦੀ ਕੀ ਤੁਹਾਡੇ ਦੇਣ ਦੇ ਮੁਤਾਬਿਕ ਕੀ ਉਸ ਵਕਤ ਕੀ ਨਹੀਂ ਸੀ, ਉਸ ਤਾਂ ਸੀ ਤਾਂ ਇੰਨੇ ਨਹੀਂ ਨਸੀ ਹੋਏ ਕਾਲਜ ਹੀ ਚੁੰਦੇ, ਹਾਂ 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 ਜਾਂ ਕਿਤੇ ਹਾਈ ਸਕੂਲ ਚੁੰਦੇ, ਅਸੀਂ ਤਾਂ ਚੌਥੀ ਪੰਜਵੀਂ ਹੋਣੇ ਆ, ਤੇ ਉਸ ਵਕਤ ਸਾਨੂੰ ਤੇ ਇੰਨਾ ਸਿਆਸਤ ਨਾਲ ਕੋਈ ਤਾਲੁਕ ਨਹੀਂ ਸੀ, ਵੈਸੇ ਇਹ ਸੁਣ ਬਲਦੇਵ ਕਹਿੰਦੇ ਸੀ ਕਿ ਆਲੇ ਨੇ ਗਲਤ ਕੀਤਾ ਹੈ ਕਿ ਉਹਨੂੰ ਕਿਉਂ ਫਜ਼ਲ ਰੱਖਣ ਕਿ ਅਕਰਾਰਦਾਦ ਪੇਸ਼ ਕੀਤੀ ਤੇ ਉਹਨੂੰ ਕਹਿੰਦੇ ਵੀ ਗੱਦਾਰ ਹੈ ਇਹ ਹੋ। ਅੱਛਾ ਫਿਰ ਇਤਲਾਪ ਆ ਜਾਂਦੇ ਆ ਅਯੂਬ ਖਾਨ ਦੌਰ ਦੇ, ਕਿਉਂਕਿ ਉਸ ਰਿਕਾਰਡ ਅਯੂਬ ਖਾਨ ਦੀ ਯਾਦ ਅੱਗਾ ਤੌਰ ਤੱਕ ਹੈ। ਹਾਂਜੀ ਅੱਛਾ ਅਯੂਬ ਖਾਨ ਦੇ ਦੌਰ ਦੇ ਵਿੱਚ ਵੀ ਜਦੋਂ ਉਹਨਾਂ ਨੇ ਮਾਸ਼ਾਅੱਲਾ ਲਾ ਲਿਆ ਸ਼ੁਰੂ ਸ਼ੁਰੂ ਹੀ ਬੜੇ ਚੰਗੇ ਕੰਮ ਕੀਤੇ, ਆਵਾਮ ਬੜੇ ਖੁਸ਼ ਹੋਏ, ਫਿਰ ਤੁਹਾਡੀ ਕੀ ਖਿਆਲ ਹੈ ਵੀ ਫਿਰ ਆਵਾਮ ਕਿਉਂ ਉਸ ਤੋਂ ਤੰਗ ਆ ਗਈ ਕਿ ਉਸ ਨੂੰ ਗਾਲਾਂ ਕੱਢਣ ਲੱਗ ਗਏ? ਔਰ ਉਹ ਪਤਾ ਕੀ ਹੈ ਜਿਸ ਤੋਂ ਮਾਸ਼ਾਅੱਲਾ ਲੱਗਣ ਅਤੇ ਸਾਰੇ ਕੰਮ ਉਹਨੇ ਕਿਹਾ ਊਂਟ 'ਚ ਚਾਰ ਮੰਟ ਉੱਤੇ ਜਾਵੇ, ਇੱਥੇ ਸਾਰੇ ਕੰਟਰੋਲ ਉਹਨੇ ਕੀਤਾ ਔਰ ਐਸੇ ਬੰਦੇ ਸੁੱਤੇ ਕਿ ਬੋਲਿਆ ਕੋਈ ਨਹੀਂ ਅੱਗੇ ਉਹਦੇ, ਇਹ ਫਿਰ ਜਨਾਬ ਜਿਸ ਵਕਤ 1965 ਦੀ ਜੰਗ ਲੱਗੀ ਨਾ ਅਤੇ ਉਹਦੇ ਵਿੱਚ ਉਹਨੇ ਨਾਅਰਾ ਲਾਇਆ ਮੁਸਲਮਾਨਾਂ ਦਾ ਅਤੇ ਉਸ ਕਲਮਾ ਪੜ੍ਹ ਕੇ ਕਿਹਾ ਕਿ ਅਸੀਂ ਉਹ 17 ਦਿਨ ਜੰਗ ਲਈ, ਅਮੀਰ ਮੁਹੰਮਦ ਖਾਨ ਗਵਰਨਰ ਸੀ, ਉਹ ਸਦਰ ਸੀ, ਮਾਰਸ਼ਲ ਆਰਟ ਐਡਮਿਨਿਸਟ੍ਰੇਟਰ ਵੀ ਸੀ। ਉਸ ਵਕਤ ਕਣਕ ਜਿਹੜੀ ਸੀ ਇਹ 12 ਰੁਪਏ ਮਣ ਸੀ, ਚੀਨੀ 29 ਰੁਪਏ, ਕਪਾਹ 38 ਰੁਪਏ ਮਣ ਹੁੰਦੀ ਸੀ। ਜੋ ਹੀ ਜੰਗ ਸ਼ੁਰੂ ਹੋਈ ਅਤੇ ਇਹ ਜਨਾਬ ਉਸ ਵੇਲੇ ਸੋਨਾ ਸੀ 95 ਰੁਪਏ ਤੋਲਾ 1965 'ਚ, ਅਤੇ ਡੰਡੀਆਂ ਔਰਤ ਕੱਢ ਕੇ ਉਹਦੇ ਸੋ ਤੋਨੇ ਤੋਲੇ ਦੀ ਆਉਂਦੀਆਂ ਨਹੀਂ ਡੰਡੀਆਂ, ਔਰਤਾਂ ਲੈ ਕੇ ਫਿਰਦੀਆਂ ਸੀ ਕਿ ਸਾਨੂੰ ਕੋਈ ਮਾਣ ਦਾਣਿਆਂ ਦੇ ਦੇਵੇ ਅਤੇ ਡੰਡੀਆਂ ਲੈ ਜਾਵੇ, ਯਾਨੀ 1200 ਰੁਪਏ 'ਚ ਡੰਡੀਆਂ ਲੈ ਲੈ ਕਿਸੇ ਜਗ੍ਹਾ। ਅਸੀਂ ਆਪਣੀ ਕਣਕਾਂ ਝਰੀਆਂ ਆਉਂਦੀਆਂ ਸੀ ਉਹਦੇ ਵਿੱਚ ਦਬਾ ਛੱਡੀਆਂ ਸੀ, ਪਤਾ ਨਹੀਂ ਜੰਗ ਕਦੋਂ ਤੱਕ ਜਾਣੀ ਹੈ ਕਿ ਅਸੀਂ ਨਹੀਂ ਜਾਂਦੇ ਸੀ। 17 ਦਿਨ ਜੰਗ ਲੱਗੀ ਜੀ ਅਤੇ ਬੜਾ ਦੁਨੀਆਂ ਨੂੰ ਫਿਕਰ ਪੈ ਗਿਆ ਕੀ ਬਣੇਗਾ ਕੀ ਨਹੀਂ ਬਣੇਗਾ। ਉਸ ਤੋਂ ਬਾਅਦ ਫਿਰ ਜਨਾਬ ਯਾਦ ਰਹੇ ਕਿ ਇਹ ਆਪਣਾ ਜਿਸ ਜੰਗ 17 ਦਿਨ ਬਾਅਦ ਖਤਮ ਹੋ ਗਈ ਅਤੇ ਅਮੀਰ ਮੁਹੰਮਦ ਖਾਨ ਦੀ ਤਕਰੀਰ ਰੇਡੀਓ 'ਤੇ ਕੀਤੀ ਸੀ, ਉਹਨੇ ਕਿਹਾ ਸੀ ਇਹ ਸਿੱਠੋ ਵੱਡਿਓ ਕੱਲ੍ਹ ਰੇਹੜੀਆਂ 'ਤੇ 12 ਰੁਪਏ ਕਣਕ ਨਾ ਵਿਕੀ ਅਤੇ ਤੁਹਾਡਾ ਬੰਦੋਬਸਤ ਮੈਂ ਕਰਾਂਗਾ, ਔਰ ਯਕੀਨ ਕਰੋ ਕਿ ਸਵਾਰਾ ਇੱਥੇ ਪੀਰ ਮਾਲ ਸਿੰਘ ਰੇਹੜੀਆਂ 'ਤੇ ਕਹਿੰਦੇ ਕਣਕ 12 ਰੁਪਏ ਲੈ ਲਓ। ਇੰਨਾ ਉਹਨਾਂ ਦਾ ਅਸਰ ਰਸੂਖ ਸੀ, ਇੰਨਾ ਉਹਨਾਂ ਦਾ ਕੰਟਰੋਲ ਸੀ ਦੋਵਾਂ ਦਾ। ਫਿਰ ਉਹ ਚਲਦੇ ਰਹੇ, ਅਸਲ 'ਚ ਤਫਰਕਾਬਾਦ ਇੱਥੋਂ ਹੋਈ ਕਿ ਅਯੂਬ ਖਾਨ ਨੇ ਮੁਹੰਮਦ ਖਾਨ ਨੂੰ ਕਿ ਉਸ ਕਿ ਯਾਰ ਤੇਰੀ ਬੱਚਾ ਵੀ ਜਵਾਨ ਹੈ ਮੇਰੇ ਬੱਚਾ ਜਵਾਨ ਹੈ ਅਤੇ ਆਪਾਂ ਇੱਕ ਦੂਸਰੇ ਰਿਸ਼ਤੇਦਾਰੀ ਕਰ ਲਈ ਅਤੇ ਮਲਕਾ ਅਮੀਰ ਮੁਹੰਮਦ ਖਾਨ ਕਿਹਾ ਹੋਇਆ ਤੂੰ ਖੋਤੇ ਚਿਕਰਾਂ ਵਾਲਾ ਪਠਾਨ, ਤੂੰ ਖੋਤੇ ਚਿਕਰਾਂ ਦਾ ਪਠਾਨ ਹੈ, ਤੈਨੂੰ ਅੱਲਾ ਨੇ ਰੁਤਬਾ ਦੇ ਚਾਰ ਵੀ ਬਣ ਗਏ ਅਤੇ ਐ ਤੂੰ ਫੀਲਡ ਮਾਰਸ਼ਲ ਵੀ ਬਣ ਗਿਆ, ਫੀਲਡ ਮਾਰਸ਼ਲ ਪੰਜਾਬ ਮੁਲਕ ਦਾ ਫੀਲਡ ਮਾਰਸ਼ਲ ਹੀ ਬਣ ਗਿਆ, ਸਾਰਾ ਕੁਛ ਹੋ ਗਿਆ, ਤੇਰੀ ਤਾਂ ਕਦਮੀ ਬਾਹਰ ਫਿਰਦੀ ਪਈ ਅਤੇ ਸਾਡੇ ਮਹਾਲ ਚਿੜਾ ਨਾਲ ਨਹੀਂ ਗੁਜ਼ਰ ਸਕਦਾ, ਕਦੇ ਮੇਰੇ ਬੱਚੇ ਕੋਲ ਲਿਖੇ ਬਾਹਰ ਤੂੰ ਮੈਨੂੰ ਕਹਿੰਦਾ ਰਿਸ਼ਤਾ। ਇੱਥੋਂ ਉਹਨਾਂ ਦੀ ਥੋੜ੍ਹਾ ਜਿਹਾ ਨਾ ਚਰਚ ਹੋ ਗਈ, ਫਿਰ ਅਯੂਬ ਖਾਨ ਦੇ ਨਾਲ ਉਹਦੇ ਭਤੀਜੇ ਕੋਲ ਉਹਨੂੰ ਮਰਵਾ ਛੱਡਿਆ ਸੀ, ਕੁਛ ਤਾਂ ਨਾਂ ਸੀ ਮੁੰਡੇ ਦਾ, ਉਹਨੂੰ ਮਰਵਾ ਛੱਡਿਆ, ਉਹ ਮਰਿਆ ਅਤੇ ਫਿਰ ਜਨਾਬ ਭੁੱਟੋ ਸਾਹਿਬ ਆ ਗਏ
वजीर खारजा बन गया, सारा कुछ हो गया। हुण फिर अयूब खान लै जाने वाला भुट्टू गए, अगर भुट्टू ना होंदा ना कि अयूब खान हो सकता दो चार साल होर कर जाए, कोई होर सलाहत कर जाए जो भी, लेकिन ये जनाब पै गया ताशपंच का वादा नहीं होया। जनाब जी मगर लग गया तो इन्हें जनाब जी खिंचया चंगी तरह। वो फिर जिस कराची असल कराची के चीनी 2 रुपये किलो होंगी सी, उसने कैपिटल कराची है, हाँ 2 रुपये किलो होंगी सी, तो वह होगी 2.25 रुपये। तो आज जो माजर क्यों आ रहे हैं, ये माजर सारे शोर अयूब कुत्ता चारण चीनी अयूब कुत्ता, उन्हें जिस सुने ना उस आखिया चंकी जिंदगी गुजारे फील मार्शल मैं सब कुछ लाया, तो हूँ मैं मार्शल लाया होया है ला लवान लगा है जो भी है, तो मैं अफरा तफर करा तो मेरी पिछले जद की गए गई उस जाया खान फाड़ना सलामकुम हैंड ओवर करके आ जाके बह गया। फिर जैसे जाया खान आया तो आए वो गलबात अफरा तफरी हुई, तो फिर क्या जी आओ जब बंदे गए वो उस नहीं हूँ कुत्ता बुढ़ा हो गया हूँ वापस नहीं होता अपने घर मर गया। तो यह है कि उन्होंने कोई 5-4 किलोमीटर के 5-4 मील के 6 मील दूर आई बसाल रस्ते पक्के तो अगे, तो ये गड्डिया जाए थे जो 4-5 सकाड़ अगे 4-5 अगे उनके पिंड जो कस्बा जहाँ की हिंदुआ पठाना वो तो माँ बुढ़ी हूँ मिलने जाता 2 महीने बाद उत्थे मिलन जाता है, वो 2-4 बजे गया तो उसके बेटा मैं इन्ना मिलना आया था क्यों अम्मी क्यों, उस बेटा तू जदों आना तो पूरी पब्लिक प्रबंध हो जाए अंदर बढ़ जाती है ओए ओ अंदर बढ़ जाती है तो ज्यादा तू ना आया कर, उस अम्मी मैं मिलना आया करांगा, लेकिन उतू मैं कला आवगा ड्राइवर होगा मैं आवगा बहुत कोई बंद लगे आर्मी का कोई आएगा। ये फिर जिन्ने दिन साल 6-7 महीने गया तो कल जाता सी जीप से जाना मिल के मान वापस आ जा, बाकी जो बार्ड उत्थे खलोता गार्डन किसी को जाना ये अयूब खान से। अच्छा ये फिर आप कुदरती गल 65 वार दे वादा गल हो रही उस वादा थोड़ी के यादा ने जी जंग हुई तो फिर वह रिजल्ट निकलिया भी वो मायदा होया ताशकंद ट्रीटी जी देते असल के जिससे से उस मैं कॉलेज से अच्छा मैं लाहौर गया सी वो मार्शल लगा तो कर्फ्यू लगे ना रात में जा पहुंचा तो उन्होंने स्टेशन बाहर नहीं जान दिता सवेरे से निकल जाना जिते जाके उत्थे उस पठान गए हुए थे सवात वगैरह के ये जेडे होटल वड़ जाते खाना खा के निकल जाते कोई नहीं पुछता सी वो एक जगह असं भी चाह पीन लगे माड़े मुंडे दो कॉलेज से 3-4 इकट्ठे होके गए तो उन्हें जो थप्पड़ मारे होटल के लिए आए हैं तो खाना घर से खाएं जितों खाने वो इस किस्म का ही बाकी ये कि जिस ताशकंद गए ना वादा होया तो उत्थे जाकर कि हूँ बुट्टू होर गल करे तो अवाम अकवाम मुतहदा होर गल करे उतों ये जज्बात जा गया इस करके मेरा मुल्क जल रहा है अग लगी हुई तो तुम अपनी गल कर दो तो मेरे तो सुनते ही नहीं हो तुम कि इन्हें जो दादा जी फाड़ फूड के दफा कर गया उस वे ने कहा अमेरिका इज वाइट एलीफेंट ये उस वे फिक्र किया अमेरिका इज वाइट एलीफेंट ये फाड़ फूड के आ गया सी। फिर उस तो बाद अमरीका ने मेरे कराए कि जंग खत्म कराई फिर ताशकंद बुलाया इन्होंने उत्थे अयूब खान गया उसे गलबात की ये भी नाल गया सी लेकिन इन्हें जनाब जदों तक भुट्टू रहा कोई अयूब खान 2-4 महीने रहा 6 महीने बाद इन्हें कहा जी मैं भुट्टो के खिलाफ हूँ मेरे को ताश के 52 पत्ते हैं भुट्टो ने जो वहाँ गलती की है मैं सब एक एक पत्ता करके निकल पत्ते तो आज तक तो मैं आज तक दस रहे नहीं कि 52 पत्ते कितने रहे बैलर अयूब का छोड़ के चला गया। अच्छा ते ते गल हुणे सानू दसो कि आए गल सच्ची है कि भाई अयूब खान ने मिस फातिमा जनाह के खिलाफ धांधली कराई इलेक्शन दे हाँ वो तो मैं कशमदीन अगवाना उस वे बी डी मैंबर बनाया से अयूब खान ने बी डी मैंबर तो मेरे वालिद साहब उस सा मेवाद से वो 3 साल से बी डी मैंबर से चेयरमैन बनवा छे से बिला मुकाबला हूँ वो है कि असं लगान देन गया टोबे जिले जमीन आई हूँ एक नंबरदार एक चेयरमैन से
एक होर तीन असी तीन जा रहे तीन बजुर्ग ते चौथा मैं जा रहे हैं बैंक देन वास्ते हूँ उत्थे उस वेले दरखास्तां शुरू हो गई सी बी डी नंबर नवा बनाउणा सी उहदे वास्ते हूँ मेरे ख्याल दो दिन रहिंदे सी दरखास्तां जे लगणियां सी उस दिन ओ जनाब असीं उत्थे अपना गए ते उत्थे मैनूं मेवाती कहिंदा हूँ उत्थे मेवा मेवा तो इस तरह कंट्रोल किया नंबरदार चेयरमैन को चू निकलते पिंड वाले थप्पड़ मार छे दिन ताई नाल पुछते सिवाय साढ़े लोगों को हूँ रात साढ़े को मेव आन और मैंबर तुम खड़ो हो गए नहीं नहीं खड़ो हम कुरान कुरान ठा सारे बाद बच्चे भी जिनके बीवियों के तो सू थोड़े इस तहफुज बाद तो सैशन से क्डो असं आखिर नहीं असं अगे मने नहीं छोड़े क्योंकि साढ़ा टब्बर ही करने वाला मुख्य किस्सा वो कहना जी बात सुनो खड़ो गए मखा गल कहते गाड़ी जा रही थी ऊपर शतर बान और डंडा लेके बैठा था तो एक कुत्ता गाड़ी के नीचे जा रहा था अब कुत्ते ने के दिमाग में आई कि गाड़ी मैं चला रहा हूँ गाड़ी तो बैल चला रहे थे वो चल रहे थे वो कुत्ते के जहन में आई कि गाड़ी मैं चला रहा उसके जहन में उसने डंडा बैल को मारा उसके टेंट में लगा टेंट में सिर कर टेंट में लगा तू करके भाग गया मैं कहा होर जी अखी दूसरे एक आजकल छोरी भी छोरा बन रहा है उस मैनू तंज किए ना मैंने कुत्ता बनाया उसना भाई तो वैल्यू कोई नहीं है थोड़ी पर तो वैल्यू कोई नहीं पिंड तो लड़का तो तेरे दिखा देंदे मुंडे सन पफा है तू लड़ की करेगा तू तो कुत्ता है किसम गड्डी आता पेठ है बाकी रह गया कि लड़किया भी लड़के बन सकते हैं तू लड़का है छोटा जहा तू की करेगा साडा तो मैं खलो रहा मैं शुरू का यह नहीं जो मैं अज का हाँ शुरू का मैं इसे मतलब मैं आखिर बुजुर्गों खलो जाओ मेरे बुजुर्गो तुम काबले इतराम आख लो मैं तुम्हें मुंडा बन के ना दिखाव तो मैं अपने प्यो का पुत्र नहीं हाँ तो जे मैं कुत्ते तो इंसान बन के तो मैं लोगों नहीं हाँ और राज मेरा ए रहा मिनत मैं छिकर मैं आखने मैं तुम्हें जाना ही नहीं वापस शाम में बाबा मुख्य सवेरे दरखास्त नहीं सुने कि हाँ मुख्य चल जाइए दरखास्त देखिए मैं वादा कर रहा हाँ सवेरे गए मिनत पूरे लाल ला के मेरे साले दोस्त भी साल ने अस आखने हूँ मैं भी दरखास्त दे छी अबर भी दरखास्त दे छी बी डी मैम की हो गई जैसे ऐलान हो तो गुलाम फरीद की उम्र छोड़ी है तो बुजुर्ग बी डी मैम सिलेक्ट मैं ठीक करना तो मैं ही है ना एडवरटाइज मेरी है असी जनाब घर आ गए तो पिंड शोर पै गया जो मार बहादुर खान बी डी मैंबर सिलेक्ट हो गया जो लड़ना वाला इलेक्शन चेयरमैन के मुकाबले अरे ये क्या करेगा लड़ेगो कहाँ से लड़ेगो चार आदमी तो है इनके पास लड़ेगो कैसे बहरहाल वो रात को यानी सानू साउंड नहीं देंगे सी कोई दस आ रहे कोई पाँच आ रहे कुरान चाह मैं कौन कुरान देखे जबान ना कहते दूजा पाजा जाते रहे हूँ उस मेरा क्लास फिर सी तो वह प्यो सी कहानी लम्मी होती जाती है वह प्यो सी तो वह पिंड रेंदे तो बीवी फौत हो गई सी तो इस मुंडा मेरे ना कॉलेज पढ़ता सी तो ये जी बीवी सी उत्थे रही हूँ वह जाए एक दिन आ गई उत्थे खेत उत्थे घर बनावा छप्पर बनाया रात में उत्थे रह लेंदा माल डंगर पहुंचे देख रुट चले जाते होर उसकी बच्ची शादी हो गई वह आई तो उसका बेटा आज ना जाओ मैं अकेला होता हूँ तो आज सुबह चले जाए जिस दिन छुप गया रख ले कोल राती उन्हें ना छड़िया उन्हें पै गया दो रातों सलाम दिता मजबूर ना किसी दसन जोगी ना कुछ कर अखीर वो घर आई थी अपने खाला उसकी बाबी सी बंदे की तो उन्हें दस कि बाबी ए हरकत मेरे नाल उन्हें की मैंने दस मैं माँ प्यो दसा कहीं दसो सके बेटे छुप उस आखिया ये मैं लैके चला गया चन्नू उत्थे कपड़ा अच्छा मिला सस्ता मिला रावी दरिया टुपे किश्ती उतों गए पैदल गए उतो पैदल आए जिस असर वेलो तो रावी तो क्रॉस कर रहा तो अगर मेला होता ना वो मैं नपलो ना छड़िया होना उस दिन तो हो गया दो महीने हो गए तो इस जो दिल कदराती आगे पै जाता मैं मुंडे छोटे छोटे मैं खामोशिया इज्जत दे मारे क्या वेखे मेरी जान छुट्टी हूँ तू जा कम जाए ये अल्फाज उन्होंने दो आपस ये हो गया उन्होंने बाइकआउट किया उन्हें हूँ वो मेरे पार्टी आ गया नाल एक होर बंद दो राती डांगा लाए ओपन सी
ਹੁਣ ਉਹ ਜਾਂ ਉਹਨੂੰ ਧੜੀ ਦੇ ਛੱਡੀ ਉਸ ਨੰਬਰਦਾਰ ਨੂੰ ਲੱਗ ਤੇਰੇ ਪਸਲੀਆਂ ਬਣ ਛੱਡੀਆਂ ਉਹਨਾਂ ਦੇ ਮੁਰਬੇ ਕੋਲ ਇੱਕ ਮੁਰਬੇ ਦਾ ਫਾਸਲਾ ਸੀ ਉਹੀ ਮੁਰਬਾ ਅੰਦਰ ਤੇ ਨਾਲ ਮੁਰਬੇ ਦੇ ਅੰਦਰ ਉਹ ਆਇਆ ਸ਼ਾਮੀ ਕਹਿੰਦਾ ਇਸ ਤਰ੍ਹਾਂ ਕਰਕੇ ਤਿਆਰ ਮੈਂ ਆਖਿਆ ਯਾਰ ਗੱਲ ਸੁਣ ਦੇ ਇੱਕ ਕੰਮ ਕਰ ਰਾਤ ਦੇ 12 ਵਜੇ ਤੂੰ ਚਾਰ ਪਾਈ ਤੂੰ ਥੱਲੇ ਜ਼ਮੀਨ 'ਤੇ ਵਟਿਆਂ ਰੁਲਦਾ ਫਿਰੀ ਅਤੇ ਫਿਰ ਮੈਂ ਜਾਂ ਅਤੇ ਮੇਰਾ ਕੰਮ ਜਾਂ ਸ਼ੈਤਾਨ ਸ਼ੁਰੂ ਅਤੇ ਸਵੇਰ ਨਾਲ ਗੱਲ ਕਰੇ ਬੰਦਾ ਉਹ ਕਹਿੰਦਾ ਠੀਕ ਹੈ ਰਾਤੀ 12 ਵਜੇ ਹੋ ਖਾ ਮੈਂ ਚੇਅਰਮੈਨ ਮਰ ਗਿਆ ਫਸਾ ਫੌਜੀ ਮਾ ਭਾਗੋ ਲੜਕਿਓ ਭਾਗੋ ਉੱਥੇ ਚਾਰ ਬਜ਼ੁਰਗ ਸਾਡੇ ਸੀ ਬੰਦੂਕਾਂ ਦੋ ਸਾਡੇ ਕੋਲ ਲੈ ਕੇ ਭੱਜ ਵੀ ਗਏ ਬੰਦਾ ਤੈਨੂੰ ਤਾਂ ਹੈ ਕੌਣ ਕੀ ਹੋਇਆ ਇੱਥੇ ਚੁੱਕ ਕੇ ਮੰਜੇ 'ਚ ਪਾਇਆ ਕੀ ਹੋ ਗਿਆ ਤੈਨੂੰ ਉਸ ਆਖੇ ਦੇਖ ਲਓ ਜੇ ਮੇਰੇ ਪੱਥਰੀ ਟੁੱਟ ਗਈ ਹੈ ਅਸੀਂ ਮੰਜੇ 'ਚ ਚਾਰ 'ਚ ਸਿੱਧਾ ਥਾਣੇ ਰਾਤੀ ਚੌਕੀ ਹੁੰਦੀ ਸੀ ਰੋਟੀ ਉੱਥੇ ਲੈ ਗਏ ਅਤੇ ਇੱਥੇ ਬਾਬੇ ਨੇ ਮੁੱਕ ਮਾਰੀ ਤੋਂ ਪੱਥਰੀ ਟੁੱਟ ਗਈ ਉਹ ਜਾਂ ਪੱਸੀ ਜ਼ਮਾਨਾ ਕਰਾ ਕੇ ਅਸੀਂ ਪਰਚਾ ਕਰ ਛੱਡਿਆ ਜਿੱਥੇ ਉਹਨਾਂ ਨੂੰ ਪਤਾ ਲੱਗਾ ਉਹਨਾਂ ਜਾਂ ਮੁੰਡੇ ਦੀ ਉਮਰ ਤੋੜ ਕੇ ਅਤੇ ਇਹ ਜਾ ਕੇ ਕਰਾ ਸਰਟੀਫਿਕੇਟ ਇਹਨਾਂ ਉਹਨਾਂ ਹੀ ਪਰਚਾ ਕਰ ਛੱਡਿਆ ਹੁਣ ਜਾ ਵੀ ਉਹ ਉੱਧਰ ਬੈਠੇ ਹੁਣ ਅਸੀਂ ਉੱਧਰ ਬੈਠੇ ਵੀ ਹਜੇ ਇਲੈਕਸ਼ਨ ਸ਼ੁਰੂ ਨਹੀਂ ਹੋਇਆ ਸੀ ਚੱਲਦਾ ਰਿਹਾ ਦੋ ਦਿਨ ਤਿੰਨ ਦਿਨ ਤੀਸਰੇ ਦਿਨ ਥਾਣੇਦਾਰ ਨੂੰ ਪਤਾ ਲੱਗ ਗਿਆ ਉਸ ਆਖਿਆ ਮੈਨੂੰ ਬੋਲਿਆ ਆਪਣਾ ਪੁੱਤਰ ਮੈਨੂੰ ਪਤਾ ਹੈ ਇਹ ਸਾਰੇ ਤੇਰੇ ਬਜ਼ੁਰਗ ਵੱਡੇ ਨੇ ਇਹਨਾਂ ਨੂੰ ਕਹਿੰਦੇ ਸੀ ਜਾਂਗਲੇ ਹੈਂ ਜੱਟ ਲੋਕਲੀ ਅਤੇ ਇਹ ਨੇ ਪਣਾਈ ਤੂੰ ਲਾਈ ਫਿਰਦਾ ਪਣਾਈਆਂ ਨੂੰ ਦਾਖਲ ਇਲੈਕਸ਼ਨ 'ਚ ਅਤੇ ਪੁੱਤਰ ਵਿਆਪਤੀ ਤੇਰੀ ਹੈ ਮੈਨੂੰ ਪਤਾ ਲੱਗ ਗਿਆ ਅਤੇ ਲਿਆ ਲਾ ਮੈਂ ਬਜ਼ੁਰਗ ਤੇਰੇ ਦੀ ਮਿੰਨਤ ਕਰਾ ਦੇਣਾ ਅਤੇ ਸੁਲਾਹ ਕਰਾ ਦੇਣਾ ਤੇ ਤੁਸੀਂ ਮੈਨੂੰ ਪੈਸੇ ਨਾਲ ਜਾਣ ਕੋਲ ਮੈਂ 5-4 ਹਜ਼ਾਰ ਲੈ ਲਵਾਂਗਾ ਮੈਂ ਕਿਹਾ ਬਜ਼ੁਰਗ ਨਾਲ ਸਲਾਹ ਕੀਤੀ ਉਹਨਾਂ ਆਖਿਆ ਪੁੱਤਰ ਗੱਲ ਚੰਗੀ ਹੈ ਕਿ ਅੱਗਾਂ ਵਾਸਤੇ ਉਹ ਜਣਾ ਵਾਸਤੇ ਸਲਾਹ ਕਰ ਲਈ ਉਹਨਾਂ ਪੈਸੇ ਲੈ ਕੇ ਸਲਾਹ ਕਰਕੇ ਉਹ ਘਰ ਆ ਗਿਆ ਉਹ ਬੰਦਾ ਵੀ ਘਰ ਆ ਗਿਆ ਫਿਰ ਇਲੈਕਸ਼ਨ ਆਇਆ ਹੁਣ ਇਲੈਕਸ਼ਨ ਸੀ ਸਕੂਲ ਦੇ ਵਿੱਚ ਇਲੈਕਸ਼ਨ ਸਕੂਲ 'ਚ ਆਉਣਾ ਸੀ ਅਤੇ ਮੈਂ ਰਾਤੀ ਗਿਆ 9 ਵਜੇ ਗਰਮੀਆਂ ਸੀ ਮੈਂ ਉਹ ਬਲੋਚ ਸੀ ਹੈੱਡ ਮਾਸਟਰ ਤਾਂਦਰਿਆਲ ਦਾ ਉਹ ਆਇਆ ਸੀ ਉਹਨੂੰ ਮੈਂ ਪੁੱਛਿਆ ਦੱਸਿਆ ਕਹਿੰਦੇ ਮੁਕੀਰ ਕਹਿੰਦੇ ਯਾਰ ਰਾਤ ਉਹਨਾਂ ਸਾਗ ਦਿੱਤਾ ਅਤੇ ਸਵੇਰੇ ਉਹਨਾਂ ਨੇ ਦਾਲ ਪਕਾਈ ਸੀ ਅਤੇ ਦੁਪਹਿਰ 'ਚ ਰੋਟੀ ਉਹਨਾਂ ਦਿੱਤੀ ਹੈ ਤਰੀਕੇ ਨਾਲ ਮੈਂ ਕਿਹਾ ਕੱਲ੍ਹ ਰੋਟੀ ਸੁਬਹਾ ਦਾ ਨਾਸ਼ਤਾ ਰੋਟੀ ਮੇਰੇ ਕੋਲ ਮੈਂ ਦਿਆਂਗਾ ਤੂੰ ਮੇਰੇ ਕੋਲ ਲੈਣੀ ਪਰ ਇੱਥੇ ਮੈਂ ਨਹੀਂ ਆਉਣਾ ਚਾਹੀਦਾ ਮੇਰਾ ਜਵਾਬ ਬਾਕੀ ਉਹ ਕਿਉਂ ਕੁਦਰਤਾਂ ਜਨਾ 4 ਦਿਨ ਪਹਿਲਾਂ ਐਲਾਨ ਹੋ ਗਿਆ ਸੀ 57 ਚੱਕ ਅਤੇ 56 ਉਹਨਾਂ ਕਿਹਾ ਕੰਬਾਈਨ ਹੋ ਗਿਆ 57 ਲੱਗਿਆ ਸੀ ਰੋਟੀ ਨਾਲ ਉਹਨਾਂ ਕਿਹਾ 57 ਰੋਟੀ ਨੂੰ ਕੱਟ ਕੇ 56 ਨਾਲ ਮਿਲਾ ਛੱਡਿਆ ਅਤੇ 57 ਸਾਰਿਆਂ ਲੋਕਲਾਂ ਦਾ ਸੀ ਮਿਓ ਇੱਕ ਦੋ ਘਰ ਸੀ ਬਾਕੀ ਸਾਰੇ ਲੋਕਲ ਸੀ ਇੱਧਰ ਸਾਰੇ ਮਿਓ ਸੀ ਸਾਡੇ ਲੋਕਲ ਥੋੜ੍ਹੇ ਮੈਂ ਕਿਹਾ ਬਈ ਹੁਣ ਚੱਕ ਹੋ ਗਏ ਹਨ ਦੋ ਇਹਨਾਂ ਦੇ ਹੱਥ 'ਤੇ ਉੱਥੇ ਕਰਾ ਲੱਗਾ ਉੱਥੇ ਦੋ ਵਣ ਖੜੇ ਵੱਡੇ ਵੱਡੇ ਉੱਥੇ ਖਾ ਜਾ ਅਤੇ ਬਾਕੀ ਪਰਦਾ ਸ਼ਰਦਾ ਕਰਾਉਣਾ ਮੇਰਾ ਕੰਮ ਹੈ ਮੰਜੀਆਂ 20-25 ਮੈਂ ਸਟਾ ਦਿਆਂਗੀ ਸਭ ਕੁਛ ਲੇਕਿਨ ਇੱਥੇ ਲੜਾਈ ਦਾ ਖਤਰਾ ਹੈ ਇੱਥੇ ਲੜਾਈ ਪੈਣੀ ਹੈ ਉਹਨਾਂ ਹੱਲਾ ਗੋਲਾ ਕਰਨਾ ਅਸੀਂ ਖਲਾਉਣਾ ਕੋਈ ਜੰਗਲੀ ਬੰਦੇ ਹੱਥ 'ਚ ਲੜਨਾ ਅਤੇ ਕਤਲੋ ਹਾਲਤ ਹੋਏਗੀ ਉੱਥੇ ਹੋਏਗਾ ਤਾਂ ਬੱਚਤ ਹੋਏਗੀ ਉਹਨਾਂ ਦਾ ਸਮਾਨ ਬਣਨਾ ਤਿਆਰ ਜੇ ਸਵੇਰੇ ਆ ਗਏ ਉਹਨਾਂ ਕਿਹਾ ਚਲੋ ਜੀ ਉੱਥੇ ਉਹ ਜਗ੍ਹਾ ਜਿੱਥੇ ਉਹ ਬੰਦੇ ਬੈਠੇ ਨੇ ਉਹਨਾਂ ਕਾਸੀ ਨੇ ਜਾਣਾ ਸੰਭਾਲਿਆ ਇਲੈਕਸ਼ਨ ਕੈਂਸਲ ਮੈਂ ਮਨ ਬੰਦੇ ਮਰਾਉਣੇ ਤੁਹਾਡੇ ਕੋਲ ਇੱਥੇ ਤੁਹਾਡੀ ਅਕਸੀਅਤ ਪਿੰਡ ਦੇ ਵਿੱਚ ਮਾਰੋਗੇ ਅਤੇ ਉੱਥੇ ਦੋ ਕਿਸੇ ਉੱਥੇ ਜਾ ਚਲੇ ਆ ਗਏ ਬਹਿ ਗਏ ਹੁਣ ਅਲਾ ਪੁਲਿਸ ਆਈ 4-5 ਸਿਪਾਹੀ ਆਇਆ ਸੀ ਹੁਣ ਸਰਗਾਣੇ ਅਬਦੁਲ ਰਹਿਮਾਨ ਸਰਗਾਣਾ ਬੜਾ ਬਦਮਾਸ਼ ਸੀ ਦੂਏ ਸਰਗਾਣੇ ਬੜੇ ਜਾਬਰ ਕਿਸਮ ਦੇ ਸਾਡੇ ਬੰਦੇ ਸ਼ੁਰੂ ਹੋ ਗਏ ਹੁਣ ਗਲਤੀ ਮੇਰੇ ਕੋਲ ਹੋ ਗਈ ਕਿ ਉਹਦੀ ਲੜਕੀ ਆਈ ਵੋਟ ਪਾਉਣ ਅਤੇ ਉਹ ਵੱਡੀ ਆਈ ਉਹ ਅਸ਼ੋਜਾ ਬਾਦ ਸ਼ਾਦੀ ਉੱਤੇ ਛੋਟੀ ਨੂੰ ਬੁਰਕ ਪਵਾ ਕੇ ਲਿਆ ਹੁਣ ਸਾਡੀ ਔਰਤ ਖੜੋਤੀ ਸੀ ਮੈਂ ਕਿਹਾ ਚੈੱਕ ਕਰ ਉਹ ਫੜੇ ਉਹ ਲੜਕੇ ਛਿਕਿਚੇ ਆਪ ਔਰ ਮੈਂ ਬੁਰਕਾ ਉੱਤਰ ਕਰ ਛੱਡਿਆ ਤੂੰ ਮਹਿਮਾਨ ਉੱਠਾ ਜਰਾ ਠਾ 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 ਇੱਧਰ ਸਾਡੇ ਖੱਡੇ ਠਾ ਠਾ ਹੋਣ ਲੱਗ ਗਿਆ ਡਾਂਗਾਂ ਨਿਕਲ ਗਈਆਂ ਫਿਰ ਵੇਖ ਕੇ ਮਾਰਨੂੰ ਰਹਿ ਪੁਲਿਸ ਵਿੱਚ ਆ ਕੇ ਫਿਰ ਉਹਨਾਂ ਨੇ ਫਟਫਟ ਕੀਤਾ 4 ਜੀਪਾਂ ਹੋਰ ਆ ਗਈਆਂ ਤੂੰ ਉਹਨਾਂ ਕੰਟਰੋਲ ਕੀਤਾ ਘੰਟਾ ਪੂਰਾ ਦੁਕਾਨ ਕਰਾ ਕੇ ਉਹ ਜੇ ਉਸ ਆਖੇ ਮੈਨੂੰ ਦੱਸੋ ਤੁਸੀਂ ਜੋ ਗਲਤ ਕਰ ਰਹੇ ਸੀ ਕਿਉਂ ਕੀਤਾ ਜਿਸ ਲੜਕੀ ਜੋ ਨਹੀਂ ਸੀ ਤੁਸੀਂ ਬੁਰਕਾ ਕਿਉਂ ਛੁੱਟ ਨਹੀਂ ਪਵਾਇਆ ਹੁਣ ਸਾਰੇ ਆਮ ਗੱਲ ਨਹੀਂ ਆ ਗਈ ਜਾਤੀ ਮੈਂ ਉਹ ਤੁਹਾਡੀ ਹੈ ਪੁਲਿਸ SHO ਆ ਗਿਆ SP ਆ ਗਿਆ ਉਹਨਾਂ ਬਾਰੇ ਉਹਨਾਂ ਨੂੰ ਜੂਠੀਆਂ ਕੀਤਾ ਕਾਰ ਕਰਾ ਕੇ ਇਲੈਕਸ਼ਨ ਫਿਰ ਸ਼ੁਰੂ ਹੋ ਗਿਆ ਹੁੰਦਾ ਰਿਹਾ ਫਿਰ ਬੋਲੇ ਨਹੀਂ ਇਹਨੂੰ ਕਿਉਂਕਿ ਸਾਡੇ ਬੰਦੇ ਤਾਕਤ ਜ਼ਿਆਦਾ ਸੀ ਕਦੇ ਆਖੇ ਇਲੈਕਸ਼ਨ ਖਤਮ ਹੋ ਗਿਆ ਹੁਣ ਮੈਂ ਏਜੰਟ ਸੀ ਟੇਬਲ ਦਿੱਤੇ ਉਹਨਾਂ ਦੀ ਉਹ ਡੱਬਾ ਲੱਕੜ ਦਾ ਬਣਾਇਆ ਸੀ ਆਪਦਾ ਉਹਦੇ ਵਿੱਚ ਕੱਟ ਕੇ ਸੱਟੇ ਤੋਂ ਕਿ ਇੰਨਾ ਟੈਗ ਲੱਗ ਗਿਆ ਜਿਸ ਵੇਲੇ ਸਾਡਾ ਸੁੱਟਿਆ ਤੇ ਇੰਨਾ ਮੇਰੇ ਤਾਂ ਪਸਵਾ ਵੀ ਜਿੱਤ ਗਏ ਇੰਨੇ ਤਾਂ ਟੇਕ ਲੱਗਾ ਸਾਡੇ ਤਾਂ ਛੁੱਟਦੇ ਨੇ ਅਸੀਂ ਤਾਂ ਹਰ ਗਏ
बड़े परेशान, खैर गिनते रहे। वो असल वजह की लिया से मैं पर्ची फड़ती बच्चे पा छी साढ़े लोकल फड़े चार हिस्से कर दोहरी करके स्टेट इनिया फुल फुल के नहीं होगी। 350 तुम जित गए बाबा, 350 वोट तू मैंबर बन गया। उन्होंने हूँ वो बैंड बाजे आए बंदूक आए पर बिठाया से झाड़ियाँ उन्होंने जो ही साढ़ा म्यों के ना हो चाह जो कम हो फायरिंग दी जो मर्जी को पुलिस नहीं वेखना। एक जिस वेख्या कि बहादुर खां वालों काबिली मैंबर कामयाब हो गया उ उठ के साढ़े आ गए सानू अगू लग के बैंड बाजे बजे सू अपने डेरे से पहुंचा तो जिला पी डी मैंबर बन गया। उस तो बाद वो मैंबर ना बन सकता ना चेयरमैन बन सकता। ये साड़ी फिर म्यों ना नहीं मैं असल में मेरा बेसिक सवाल है ऐसे कि आया वाकई अयूब खान है हाँ अच्छा वो गल फिर उधर निकल गई थी। वो ये कि बी डी मैंबर बन गया सी तो असी सी फातमा जनान सच्ची गल के मुस्लिम लीग ही आई वो नाल असि वो आई लालटेन तो यद आई मेरे ख्याल फुल हूँ असि वो सी हूँ नासरुद्दीन शाह अयूब खान दरबार वाले जोड़े से वो सी मुस्लिम फातमा जनान मुस्लिम लीग से कांग्रेस भी असी हूँ असी जनाब उद्दार सारे से ये रात एक का टाइम साढ़े डेरे से जीप शीप नहीं आती थी दो मुरबा पर खड़ी सड़क कच्ची जी माड़ जी उतु जो उतर के एस एच ओ दोस्त भाई नाल आया तो अस बहार जो माल डंगर होंगे बहार बने हों अजकल तो खत्म हो गया उत्त सुते मैं भी तो बाबा भी दो चार हो नौकर सुते पे अपने वो आया तो गया तो मैं उठिया तो मैं हैरान हो जी कौन किस तरह आप गुलाम फीस आप नाम आपके बाबा मखाए बाबा जी उठे मां जी बताओ आखिर नासर ने गिला जाना थानू मैं आखिर गया मैं क्यों जी नासर साढ़ा काम की असं क्यों जो उस आखिया बात सुनो बेटा बात सुनो हम जो कह रहे हैं सही कह रहे हैं हम पुलिस वाले हैं हमने आपको ले जाना वहाँ वो बुलाया नासर गलत है सही है आगे जाके बयान करना हमें नहीं पता और आप यहाँ से आगे घर भी नहीं जा सकते सीधे जेल में बैठो। अच्छा उस सिपाही पुलिस का बड़ा कंट्रोल बड़ा रोब दाब है वो खैर उन्होंने मेरी चप्पल लिया कमीज लिया कर उसे पाप होके असी नहीं चल पे अगे गए नासरुद्दीन शाह बैठे सलाम खिलाफ मारो आ गए इतने बैठो बैठे दे हो गया नाश्ता करा ठीक है उस मार साहब हूँ तुम घर नहीं जा सकते मैं तो जा ना 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 तेरे सिर तक वोट है बाबा तन पड़े तो इतने रहो उस घोड़े से बंदा भेजा करों सारा सारा दो दिन का कपड़े छपड़े चुके लाया उस तो पिछले टाइम उन्हें जनाब फड़िया दो बार बसा पड़िया तो सीधा फैसलाबाद उत्तर सैलमा उत्ते घर से उत्थे जा कोठी से बिठाया सारे बंद कोई 40 बंद ला गया उत्ते बिठाए रोटी छोटी दो दिन इलेक्शन रोटी छोटी उन्हें कि जो खाना तुम दसो तो इतने खाने लेकिन बाहर नहीं जान रहे बाहर उन्हें अपने बॉडी गार्ड खिला रहे थे। तीन दिन से उत्तर खाना शाना खाधा उत्त फिर बसा पड़िया तो कमाली इलेक्शन कमाली आ गया इतने आ कर उस हूँ गल वो बंदे ज्यादा अनपढ़ सी बाबी होनी जी बाबा अनपढ़ थी उन्हें कहा जिन्हें बंदे अनपढ़ उन्हें कहा जो वोट वापस लिया बाबे ने बिठा लिया वो कोई 15 वोट हो गए जो बाकी तो देंदे गए जिन्हें तो उस शक से उन्होंने साढ़ा सी उन्होंने आखिर के कट्ठे करके ना तो बाबे ने कहा बुजुर्ग हूँ तुम जाओ ना तो अजे भी पाओ तो उसी जाके पा दो सारे और संत इतने तो बाद मेरे को गया ठीक है उसके बाबा गया उस तरह ही वो अयूब खान पा बस शाम ऐलान हो गया कि मोदर वजह हर गई तो अयूब खान जित गया ये ऐलान और वाकई नहीं थी। चलो बाबा जी मोड़े इंशाल्लाह।